ਅਦਾਬ ਨਮਸਕਾਰ ਸਤਿ ਸ਼੍ਰੀ ਅਕਾਲ ਟੀਵੀ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਸਟੱਡੀ ਵੀਜ਼ਾ ਐਕਸਪਰਟ ਹੋ ਜੇ ਤੁਸੀਂ ਵੀ ਸਾਡੇ ਟੀਵੀ ਚੈਨਲ ਦੇ ਰਾਹੀਂ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਹੈ 9914400369 ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰੋ 9914400369 ਧੰਨਵਾਦ हेलो नमस्कार आदाब सत श्री अकाल जी मैं कविता सिंह सारा का स्वागत है चलिए यूरोप प्रोग्राम लैके अज एक बार फिर तो जी मैं साढ़े स्टूडेंट्स के वास्ते साढ़े सारे दर्शकों के वास्ते तो साढ़े स्टडी वीज़ा एक्सपर्ट इंडो यूरोपियन तो मिस्टर दीपेंद्र बावा दीपेंद्र सत श्री अकाल एंड वेलकम टू द प्रोग्राम ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਸੋ ਦੀਪਿੰਦਰ ਸਰ ਲਾਸਟ ਟਾਈਮ ਜਿਸ ਤਰ੍ਹਾਂ ਅਸੀਂ ਪਾਸਪੋਰਟ ਇੱਥੇ ਸਟੂਡੈਂਟਸ ਨੂੰ ਸ਼ੋਅ ਕੀਤੇ ਸੀਗੇ ਸੋ ਇੱਕ ਵਾਰ ਫਿਰ ਤੋਂ ਯਾਨੀ ਕਿ ਯੂਰਪ ਨੂੰ ਲੈ ਕੇ ਸਟੂਡੈਂਟ ਦਾ ਇੰਟਰਸਟ ਕਿਸ ਤਰ੍ਹਾਂ ਦਾ ਰਹਿੰਦਾ ਹੈ ਕਿ ਸਕਸੈਸ ਰੇਟ ਚੱਲਦਾ ਹੈ ਕਿਹਨਾਂ ਨੂੰ ਅਪਲਾਈ ਕਰਨ ਦੀ ਲੋੜ ਹੈ ਜਾਂ ਕਿਸ ਤਰ੍ਹਾਂ ਦੀ ਸਾਡੀ ਪ੍ਰੋਫਾਈਲ ਹੋਣੀ ਚਾਹੀਦੀ ਕਿ ਹਾਂਜੀ ਯੂਰਪ ਦਾ ਸਾਡਾ ਵੀਜ਼ਾ ਆ ਜਾਵੇ ਕਵਿਤਾ ਜੀ ਬੇਸਿਕਲੀ ਇਹੀ ਗੱਲ ਤੁਸੀਂ ਬਿਲਕੁਲ ਠੀਕ ਕਹੀ ਜੀ ਲਾਸਟ ਟਾਈਮ ਅਸੀਂ ਬੱਚਿਆਂ ਦੇ ਪਾਸਪੋਰਟ ਦੇਣ ਦੀ ਗੱਲ ਕੀਤੀ ਸੀਗੀ ਅਤੇ ਅਸੀਂ ਆਪਣੇ ਸਟੂਡੈਂਟ ਨਾਲ ਪ੍ਰੋਮਿਸ ਕੀਤਾ ਸੀਗਾ ਵੀ ਅਸੀਂ ਜਿਹੜੀ ਪ੍ਰੋਮਿਸਿਸ ਇੱਥੇ ਕਰਦੇ ਹਾਂ ਇਸ ਮੰਚ 'ਤੇ ਕਰਦੇ ਹਾਂ ਉਸ ਪ੍ਰੋਮਿਸਿਸ ਨੂੰ ਅਸੀਂ ਕਿੰਨਾ ਪੂਰਾ ਆਫਿਸ 'ਚ ਵੀ ਕਰਦੇ ਹਾਂ ਇਹਦਾ ਲਾਈਵ ਟੈਲੀਕਾਸਟ ਅਸੀਂ ਬੱਚਿਆਂ ਨੂੰ ਦੇਵਾਂਗੇ ਆਪਣੇ ਵਿਜ਼ਾਰਡ ਸਟੂਡੈਂਟ ਦੀ ਟੈਸਟੀਮੋਨੀ ਬਣਾ ਕੇ ਉਹੀ ਹੋਇਆ ਜੀ ਬੇਸਿਕਲੀ ਸਾਰੇ ਬੱਚੇ ਆਪਣੇ ਆ ਕੇ 20 ਅਗਸਤ ਦਾ ਦਿਨ ਸੀਗਾ ਸਾਰੇ ਬੱਚੇ ਆਏ ਸੀਗੇ ਜੀ ਆਪਣੇ ਪਾਸਪੋਰਟ ਲੈ ਕੇ ਗਏ ਨੇ ਅਤੇ ਅਸੀਂ ਸਾਰੇ ਬੱਚਿਆਂ ਦੇ ਜਿਹੜੇ ਫੀਡਬੈਕਸ ਹੈਗੇ ਨੇ ਉਹ ਅੱਜ ਦਾ ਪ੍ਰੋਗਰਾਮ ਕਿਸੇ ਵੀ ਕੋਰਸ ਨੂੰ ਲੈ ਕੇ ਕਿਸੇ ਵੀ ਕੰਟਰੀ ਨੂੰ ਲੈ ਕੇ ਨਹੀਂ ਹੈਗਾ ਜੀ ਅੱਜ ਦਾ ਇਹ ਜਿਹੜਾ ਬਾਕੀ ਦਾ ਪ੍ਰੋਗਰਾਮ ਤੁਸੀਂ ਦੇਖੋਗੇ ਅੱਜ ਤੁਸੀਂ ਡਿਸਕਸ ਕਰੋਗੇ ਸੁਣੋਗੇ ਉਹਨਾਂ ਬੱਚਿਆਂ ਦੀ ਆਪਣੀ ਪਰਸਨਲ ਕਹਾਣੀ ਵੀ ਕੀ ਹੋਇਆ ਉਹਨਾਂ ਦੇ ਨਾਲ 3 ਮਹੀਨੇ ਦੇ ਅੰਦਰ ਜਿਹੜਾ ਉਹਨਾਂ ਨੇ ਕੇਸ ਲਾਇਆ ਸੀਗਾ ਕਿਸ ਤਰ੍ਹਾਂ ਇੰਡੋ ਯੂਰੋਪੀਅਨ ਨੇ ਉਹਨਾਂ ਦੀ ਐਪਲੀਕੇਸ਼ਨ ਲਿੱਤੀ ਕਿਸ ਕਿਸ ਕਿਸਮ ਦੀ ਦਿੱਕਤਾਂ ਆਈਆਂ ਉਹਨਾਂ ਨੂੰ ਜਿਹੜੇ ਪ੍ਰੋਮਿਸਿਸ ਕੀਤੇ ਗਏ ਸੀਗੇ ਪੈਸੇ ਲੈਣ ਤੋਂ ਪਹਿਲਾਂ ਫਾਈਲ ਸਟਾਰਟ ਕਰਨ ਤੋਂ ਪਹਿਲਾਂ ਕੀ ਉਹ ਪ੍ਰੋਮਿਸਿਸ ਪੂਰੇ ਹੋਏ ਅੱਜ ਦਾ ਪ੍ਰੋਗਰਾਮ ਡੈਡੀਕੇਟਡ ਹੈਗਾ ਇੰਡੋ ਯੂਰੋਪੀਅਨ ਦੇ ਫੀਡਬੈਕ ਨੂੰ ਚਲੀਏ ਦੇਖਦੇ ਹੈਗੇ ਆ ਕੀ ਕਹਿੰਦੇ ਸਾਡੇ ਸਟੂਡੈਂਟਸ ਸੋ ਫਰੈਂਡਸ ਵੈਲਕਮ ਟੂ ਇੰਡੋ ਯੂਰੋਪੀਅਨ ਯੂਟਿਊਬ ਚੈਨਲ ਅਸੀਂ ਅੱਜ ਫਿਰ ਬੇਸਿਕਲੀ ਬੈਠੇ ਹਾਂ ਇਸ ਟਾਈਮ ਆਪਣੇ ਲੁਧਿਆਣੇ ਆਫਿਸ 'ਚ ਅਤੇ ਅੱਜ ਸਾਡੇ ਨਾਲ ਸਟੂਡੈਂਟ ਜਿਹੜੇ ਹੈਗੇ ਨੇ ਉਹ ਹੈ ਕੁਲਵਿੰਦਰ ਕੌਰ ਕੁਲਵਿੰਦਰ ਕੰਗ੍ਰੈਚੁਲੇਸ਼ਨ ਤੁਹਾਡਾ ਸਵੀਡਨ ਦਾ ਵੀਜ਼ਾ ਆ ਗਿਆ ਹੈਗਾ ਇਹ ਤੁਹਾਡਾ ਕਾਰਡ ਹੈਗਾ ਬੇਸਿਕਲੀ ਕੁਲਵਿੰਦਰ ਬੇਸਿਕਲੀ ਨੋਰਮਲੀ ਅਸੀਂ ਇਹੋ ਜਿਹੀ ਵੀਡੀਓ ਜਿਹੜੀ ਪਾਉਂਦੇ ਹਾਂ ਸੋਸ਼ਲ ਮੀਡੀਆ 'ਤੇ ਉਹ ਇਸ ਕਰਕੇ ਪਾਉਂਦੇ ਹਾਂ ਕਿਉਂਕਿ ਕਿਤੇ ਨਾ ਕਿਤੇ ਬੱਚਿਆਂ ਨੂੰ ਜਿਹੜੀ ਇਨਫੋਰਮੇਸ਼ਨ ਹੈਗੀ ਉਹ ਹਮੇਸ਼ਾ ਕਨਫਿਊਜ਼ ਵੇ 'ਤੇ ਮਿਲ ਰਹੀ ਹੈ ਜਾਂ ਗਲਤ ਇਨਫੋਰਮੇਸ਼ਨ ਮਿਲਦੀ ਹੈ ਯੂਰਪ ਬਾਰੇ ਅਤੇ ਬਹੁਤ ਸਾਰੇ ਸਟੂਡੈਂਟ ਜਿਹੜੇ ਹੈਗੇ ਨੇ ਉਹ ਚਾਹੁੰਦੇ ਵੀ ਅਸੀਂ ਬਾਕੀ ਬੱਚਿਆਂ ਦੇ ਆਪਣੇ ਪਰਸਨਲ ਐਕਸਪੀਰੀਅੰਸ ਜਿਹੜੇ ਹੈਗੇ ਨੇ ਉਹ ਦੇਖੀਏ ਅਤੇ ਉਹਨਾਂ ਨਾਲ ਸਿੱਖੀਏ ਵੀ ਕਿਸ ਕਿਸ ਟਾਈਪ ਦੀ ਓਪਰਚੁਨਿਟੀਜ਼ ਜਿਹੜੀ ਹੈਗੀ ਉਹ ਇੰਡੋ ਯੂਰੋਪੀਅਨ ਸਟੂਡੈਂਟਸ ਨੂੰ ਦੇ ਰਹੀ ਹੈਗੀ ਅੱਜ ਅਸੀਂ ਗੱਲ ਕਰਾਂਗੇ ਇੱਕ ਹੋਰ ਸਪਾਊਸ ਵੀਜ਼ੇ ਦੇ ਨਾਲ ਜਿੱਥੇ ਇੱਕ ਹੋਰ ਸਕਸੈਸ ਸਟੋਰੀ ਦੇ ਬਾਰੇ ਗੱਲ ਕਰਾਂਗੇ ਜਿੱਥੇ ਸਵੀਡਨ 'ਚ ਬੱਚਾ ਜਾ ਰਿਹਾ ਹੈਗਾ ਅਤੇ ਡਿਸਕਸ ਕਰਾਂਗੇ ਕਿਹੋ ਜਿਹਾ ਪ੍ਰੋਫਾਈਲ ਹੈਗਾ ਬੱਚੇ ਦਾ ਅਤੇ ਕਿਹੋ ਜਿਹੇ ਬੱਚੇ ਨੂੰ ਸਵੀਡਨ 'ਚ ਐਡਮਿਸ਼ਨ ਮਿਲ ਰਿਹਾ ਹੈ ਅਤੇ ਵੀਜ਼ਾ ਦਾ ਜਿਹੜਾ ਇਹ ਪੂਰਾ ਸਫ਼ਰ ਸੀਗਾ ਇੰਡੋ ਯੂਰੋਪੀਅਨ ਦੇ ਨਾਲ ਉਹ ਕੁਲਵਿੰਦਰ ਦਾ ਕਿੱਦਾਂ ਰਿਹਾ ਸੋ ਕੁਲਵਿੰਦਰ ਬੇਸਿਕਲੀ ਮੇਰਾ ਪਹਿਲਾ ਕੁਐਸਚਨ ਇਹ ਹੈਗਾ ਵੀ ਕਿ ਤੁਹਾਡਾ ਜਿਹੜਾ ਇੰਡੋ ਯੂਰੋਪੀਅਨ ਦੇ ਨਾਲ ਤੁਸੀਂ ਆਪਣਾ ਰਾਬਤਾ ਕਾਇਮ ਕੀਤਾ ਸੀਗਾ ਉਹ ਤੁਸੀਂ ਫਸਟ ਟਾਈਮ ਕਦ ਆਏ ਸੀਗੇ After graduation, I want to get an international degree and one day I saw an advertisement of Indo-European in TV. After that, I contact to the Indo-European office of Ludhiana branch and वहाँ से मुझे वहाँ से हमने अपॉइंटमेंट ली और हमने आकर वहाँ विजिट किया और दीपिंदर बाबा सर से हम मिले और उन्होंने हमें बहुत अच्छी तरह से गाइड किया और उन्होंने हमें स्वीडन के बारे में बताया और हमने वहाँ बाबा सर के थ्रू स्वीडन के लिए अप्लाई किया और फाइनली आई गॉट माय स्वीडन वीज़ा ਕੁਲਵਿੰਦਰ ਬੇਸਿਕਲੀ ਯੂਰਪ ਦੇ ਅੰਦਰ ਅਸੀਂ ਗੱਲ ਕਰਦੇ ਹਾਂ ਕਾਫੀ ਬੱਚੇ ਤੁਹਾਨੂੰ ਪਤਾ ਸੀ ਤੁਹਾਡੇ ਸਪਾਊਸ ਦੇ ਵੀ ਜਾਣਾ ਬਾਅਦ 'ਚ ਅਤੇ ਬੇਸਿਕਲੀ ਮੈਂ ਤੁਹਾਨੂੰ ਪਹਿਲਾਂ ਹੀ ਕਨਫਰਮ ਕੀਤਾ ਸੀਗਾ ਵੀ ਕਿ ਕੁਛ ਕੰਟਰੀ ਦੇ ਅੰਦਰ ਸਵੀਡਨ ਦੇ ਅੰਦਰ ਕੁਛ ਸਪਾਊਸ ਅਸੀਂ ਇਕੱਠੇ ਭੇਜਦੇ ਹੈਗੇ ਹਾਂ ਕੁਛ ਸਪਾਊਸ ਨੂੰ ਇਕੱਠੇ ਨਹੀਂ ਭੇਜਦੇ ਹੈਗੇ ਹਾਂ ਅਤੇ ਹੁਣ ਤੁਹਾਡਾ ਵੀਜ਼ਾ ਲੱਗ ਗਿਆ ਹੈਗਾ ਤੁਸੀਂ ਜਾ ਰਹੇ ਹੋ ਅਤੇ ਸਭ ਤੋਂ ਪਹਿਲਾਂ ਗੱਲ ਇਹ ਹੁੰਦੀ ਹੈ ਬੱਚੇ ਵਾਸਤੇ ਸਟ੍ਰੈਸ ਦੀ ਵੀ ਉੱਥੇ ਜਾ ਕੇ ਮੈਨੂੰ ਅਕੋਮੋਡੇਸ਼ਨ ਕਿੱਦਾਂ ਮਿਲੇਗੀ ਮੈਂ ਉੱਥੇ ਸਪੋਰਟ ਮੈਨੂੰ ਕੌਣ ਕਰੇਗਾ ਤੁਹਾਡੀ ਅਕੋਮੋਡੇਸ਼ਨ ਜਿਹੜੀ ਹੈਗੀ ਸਵੀਡਨ ਦੇ ਅੰਦਰ ਉਹ ਤੁਹਾਡੀ ਕੰਪਨੀ ਨੇ ਇੰਡੋ ਯੂਰੋਪੀਅਨ ਵਿੱਚ ਕਰਾਈ ਤੁਸੀਂ ਆਪ ਕਰਾਈ
ਤੇ ਇੰਡੋ ਯੂਰੋਪੀਅਨ ਨੇ ਸਾਰਾ ਕੁਛ ਅਕੋਮੋਡੇਸ਼ਨ ਵਗੈਰਾ ਪਹਿਲੇ ਪ੍ਰੋਵਾਈਡ ਕਰਕੇ ਦਿੱਤੀ ਮੈਨੂੰ, ਤਾਂ ਉੱਥੇ ਜਾ ਕੇ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਊਗੀ। ਅਤੇ ਮੇਰਾ ਜਿਹੜਾ ਹਸਬੈਂਡ ਆਉਂਗੇ ਅਤੇ ਉਹਨਾਂ ਲਈ ਵੀ ਅਕੋਮੋਡੇਸ਼ਨ ਇੰਡੋ ਯੂਰੋਪੀਅਨ ਨੇ ਹੀ ਮੈਨੂੰ ਪ੍ਰੋਵਾਈਡ ਕਰਕੇ ਦਿੱਤੀ ਹੈ। ਤੁਹਾਡਾ ਪ੍ਰੋਫਾਈਲ ਕੀ ਹੈ? ਤੁਸੀਂ ਬੇਸਿਕਲੀ ਤੁਹਾਡੀ ਲਾਸਟ ਜਿਹੜੀ ਕੁਆਲੀਫਿਕੇਸ਼ਨ ਸੀਗੀ ਉਹ ਤੁਸੀਂ ਕੀ ਪੜ੍ਹਾਈ ਕੀਤੀ ਸੀਗੀ, ਤੁਹਾਡੀ ਐਜੂਕੇਸ਼ਨ ਕੀ ਹੈ? ਮੇਰੀ ਗ੍ਰੈਜੂਏਸ਼ਨ ਆਰਟਸ ਦੇ ਵਿੱਚ ਕੀਤੀ ਹੋਈ ਸੀ ਮੈਂ। ਅੱਛਾ, ਬੀ ਏ ਆਰਟਸ ਕੀਤੀ, ਮਤਲਬ ਠੀਕ ਹੈ। ਅਤੇ ਤੁਹਾਡਾ ਆਈਐਲਟਸ ਕਿੰਨਾ ਸਕੋਰ ਹੈਗਾ? 6 ਬੈਂਡ ਹਾਇਰ ਸਕੋਰ ਸੀਗਾ। ਅਤੇ ਤੁਸੀਂ ਕੈਨੇਡਾ ਵੱਲ ਕਿਉਂ ਨਹੀਂ ਮੂਵ ਕੀਤਾ? ਤੁਸੀਂ ਕੈਨੇਡਾ ਵੀ ਅਪਲਾਈ ਕਰ ਸਕਦੇ ਸੀਗੇ, ਪਰ ਤੁਸੀਂ ਯੂਰਪ 'ਚ ਸਟੂਡੈਂਟ ਅਪਲਾਈ ਕੀਤਾ, ਕੋਈ ਖਾਸ ਰੀਜ਼ਨ ਇਸ ਵਾਸਤੇ? ਸਰ, ਯੂਰਪ ਦੀ ਡਿਗਰੀ ਜਿਹੜੀ ਆ ਉਹ ਵਰਲਡ ਵਾਈਡ ਰਿਕੋਗਨਾਈਜੇਸ਼ਨ ਆ, ਐਂਡ ਯੂਰਪ ਕੰਟਰੀਜ਼ ਦਾ ਇਨਵਾਇਰਮੈਂਟ ਵਧੀਆ ਵਾ ਅਤੇ ਉੱਥੋਂ ਦੀ ਸਟੱਡੀ ਵੀ ਵਗੈਰਾ ਬਹੁਤ ਜ਼ਿਆਦਾ ਵਧੀਆ ਅਤੇ ਉੱਥੇ ਪ੍ਰੈਕਟੀਕਲ ਨੌਲੇਜ ਸਟੱਡੀ ਦੇ ਨਾਲ ਨਾਲ ਪ੍ਰੈਕਟੀਕਲ ਨੌਲੇਜ ਬਹੁਤ ਜ਼ਿਆਦਾ ਵਧੀਆ ਮਿਲਦੀ ਆ। ਆਈ ਥਿੰਕ ਸਭ ਤੋਂ ਇੰਪੋਰਟੈਂਟ ਪੁਆਇੰਟ ਤੁਹਾਡਾ ਸੀਗਾ ਵੀ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੀ ਹਾਂ, ਇਸ ਕਰਕੇ ਤੁਹਾਡਾ ਮੇਨ ਰੀਜ਼ਨ ਇਹ ਵੀ ਸੀਗਾ ਮੈਂ ਡਿਸਕਸ ਕੀਤਾ ਸੀਗਾ। ਅਤੇ ਫਰੈਂਡਸ, ਬੇਸਿਕਲੀ ਸਵੀਡਨ ਦੇ ਅੰਦਰ ਸਪਾਊਸ ਵੀਜ਼ਾ ਜਿਹੜਾ ਹੈਗਾ ਉਹ ਕਾਫੀ ਈਜ਼ੀਲੀ ਅਵੇਲੇਬਲ ਹੈਗਾ, ਲੇਕਿਨ ਜ਼ਰੂਰਤ ਇਹ ਹੈਗੀ, ਜਿੱਦਾਂ ਮੈਂ ਆਪਣੇ ਕਾਫੀ ਵੀਡੀਓ 'ਚ ਸਵੀਡਨ ਬਾਰੇ ਗੱਲ ਕਰ ਚੁੱਕਿਆ ਵੀ ਹਰ ਬੱਚੇ ਨੂੰ ਅਸੀਂ ਸਪਾਊਸ ਨੂੰ ਨਾਲ ਨਹੀਂ ਭੇਜਾਂਗੇ। ਕੁਛ ਸਪਾਊਸ ਤੁਸੀਂ ਦੇਖੋ ਵੀ ਸਾਡੇ ਪੁਰਾਣੇ ਵੀਡੀਓ 'ਚ ਲਿਖਿਆ ਵੀ ਅਸੀਂ ਸਪਾਊਸ ਭੇਜ ਰਹੇ ਹੈਗੇ, ਲੇਕਿਨ ਕੁਛ ਵੀਡੀਓ 'ਚ ਦਿਖ ਰਿਹਾ ਕਿ ਅਸੀਂ ਸਪਾਊਸ ਨਾਲ ਨਹੀਂ ਭੇਜ ਰਹੇ ਹੈਗੇ, ਕਿਉਂਕਿ ਹਰ ਪ੍ਰੋਫਾਈਲ ਦਾ ਆਪਣਾ ਇੱਕ ਕ੍ਰਾਈਟੀਰੀਆ ਹੈਗਾ ਅਤੇ ਜੇ ਅਸੀਂ ਉਸ ਕ੍ਰਾਈਟੀਰੀਆ ਨੂੰ ਫੋਲੋ ਕਰਾਂਗੇ ਅਸੀਂ ਸਪਾਊਸ ਦਾ ਵੀਜ਼ਾ ਆਰਾਮ ਨਾਲ ਲੈ ਸਕਦੇ ਹੈਗੇ ਹਾਂ। ਅਤੇ ਤੁਹਾਡੀ ਬੇਸਿਕਲੀ ਜਿਹੜੀ ਟੋਟਲ ਪੇਮੈਂਟ ਹੈਗੀ ਇੰਡੋ ਯੂਰੋਪੀਅਨ ਨੇ ਉਹ ਤੁਹਾਡੇ ਤੋਂ ਵੀਜ਼ਾ ਤਾਂ ਪਹਿਲਾਂ ਲੈ ਲਈ ਸੀਗੀ ਜਾਂ ਤੁਹਾਡੇ ਤੋਂ ਵੀਜ਼ਾ ਤੋਂ ਬਾਅਦ ਦਿੱਤੀ ਹੈਗੀ? ਹਾਂਜੀ, ਸਾਨੂੰ ਪੂਰਾ ਮਤਲਬ ਕੰਟਰੈਕਟ ਮਿਲਿਆ ਹੋਇਆ ਸੀ ਜਿਹਦੇ ਵਿੱਚ ਲਿਖਿਆ ਸੀ ਕਿ ਅਗਰ ਤੁਹਾਡਾ ਵੀਜ਼ਾ ਨਹੀਂ ਲੱਗਦਾ ਤਾਂ ਸਾਡੀ ਪੂਰੀ ਦੀ ਪੂਰੀ ਫੀਸ ਰਿਫੰਡੇਬਲ ਆ। ਬੇਸਿਕਲੀ ਸੋ ਫਰੈਂਡਸ, ਬੇਸਿਕਲੀ ਕੁਲਵਿੰਦਰ ਜਾ ਰਹੀ ਹੈ ਸਵੀਡਨ ਅਤੇ ਕੁਲਵਿੰਦਰ ਦੇ ਬੀ ਏ ਆਰਟਸ ਜਿਹੜਾ ਹੈਗੇ ਕੀਤੀ ਹੋਈ ਸੀਗੀ। ਬੀ ਏ ਆਰਟਸ ਦਾ ਸਟੂਡੈਂਟ ਬਹੁਤ ਜ਼ਿਆਦਾ ਪੰਜਾਬ 'ਚ ਹੈਗੇ ਨੇ ਜਿਨ੍ਹਾਂ ਦੇ ਵੀਜ਼ਾ ਰਿਫਿਊਜ਼ ਹੋ ਗਏ ਨੇ, ਜਿਨ੍ਹਾਂ ਨੂੰ ਸਪਾਊਸ ਵੀਜ਼ਾ ਨਹੀਂ ਮਿਲ ਰਿਹਾ ਹੈਗਾ। ਇਸ ਕਰਕੇ ਸਟੂਡੈਂਟਸ, ਉਹਨਾਂ ਸਟੂਡੈਂਟ ਵਾਸਤੇ ਅੱਜ ਇਹ ਗੁੱਡ ਨਿਊਜ਼ ਹੈਗੀ ਵੀ ਜੇ ਸਪਾਊਸ ਵੀਜ਼ਾ ਲੈ ਕੇ ਜਾ ਚਾਹੁੰਦੇ ਹੋ ਤੁਸੀਂ ਤਾਂ ਸਵੀਡਨ, ਡੈਨਮਾਰਕ ਦੋ ਮੁਲਕ ਬਹੁਤ ਚੰਗੇ ਹੈਗੇ ਨੇ। ਕੁਲਵਿੰਦਰ ਨੇ ਆਪਣਾ ਵੀਜ਼ਾ ਲੈ ਲਿਆ ਹੈਗਾ, ਮੈਂ ਇੱਕ ਵਾਰ ਫਿਰ ਕੁਲਵਿੰਦਰ ਚਾਹਾਂਗਾ ਕੁਲਵਿੰਦਰ ਦਾ ਵੀਜ਼ਾ ਦਿਖਾਉਣਾ। ਬੇਸਿਕਲੀ ਕੁਲਵਿੰਦਰ ਨੂੰ ਕਾਰਡ ਮਿਲਿਆ ਹੈਗਾ, ਇਹ ਵੀਜ਼ਾ ਹੈਗਾ ਸਵੀਡਨ ਐਮਬੈਸੀ, ਇਕੱਲੀ ਐਮਬੈਸੀ ਹੈਗੀ ਪੂਰੀ ਯੂਰਪ 'ਚ ਜਿਹੜੀ ਬੱਚੇ ਨੂੰ ਪਾਸਪੋਰਟ 'ਤੇ ਵੀਜ਼ਾ ਨਹੀਂ ਸਟੈਂਪ ਕਰਦੀ ਹੈਗੀ, ਸਿਰਫ ਕਾਰਡ ਦਿੰਦੀ ਹੈਗੀ। ਕੁਲਵਿੰਦਰ, ਇਸ ਸੈਸ਼ਨ ਨੂੰ ਐਂਡ ਕਰਨ ਤੋਂ ਪਹਿਲਾਂ ਇੱਕ ਬਹੁਤ ਇੰਪੋਰਟੈਂਟ ਸਵਾਲ ਮੇਰੇ ਦਿਮਾਗ 'ਚ ਆ ਰਹੇਗਾ। ਕੁਲਵਿੰਦਰ, ਅਸੀਂ ਬੱਚਿਆਂ ਨੂੰ ਵੀਜ਼ਾ ਟ੍ਰੇਨਿੰਗ ਪ੍ਰੋਗਰਾਮ ਰਨ ਕਰਦੇ ਹੈਗੇ, ਤੁਹਾਡੇ ਨਾਲ ਵੀ ਅਸੀਂ ਰਨ ਕੀਤਾ ਸੀਗਾ ਟ੍ਰੇਨਿੰਗ ਪ੍ਰੋਗਰਾਮ ਵੀਟੀਪੀ ਜਿਹਨੂੰ ਇੰਡੋ ਯੂਰੋਪੀਅਨ ਕਹਿੰਦੀ ਹੈ ਕਿ ਤੁਹਾਡਾ ਵੀਟੀਪੀ ਪ੍ਰੋਗਰਾਮ ਕਿੱਥੇ ਹੋਇਆ ਸੀਗਾ ਪੰਜਾਬ 'ਚ? ਮੇਰਾ ਲੁਧਿਆਣਾ ਬ੍ਰਾਂਚ ਦੇ ਵਿੱਚ ਹੀ ਮੈਨੂੰ ਇੰਟਰਵਿਊ ਦੀ ਤਿਆਰੀ ਕਰਵਾਈ ਗਈ ਅਤੇ ਇੱਥੇ ਮੀਟਿੰਗ। ਅਤੇ ਇਸ ਵੀਟੀਪੀ ਪ੍ਰੋਗਰਾਮ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਬੈਨੀਫਿਟ ਹੋਇਆ ਇਹਨੂੰ ਅਟੈਂਡ ਕਰਨ ਦਾ? ਹਾਂਜੀ, ਮੈਨੂੰ ਮਤਲਬ ਜਿਹੜੀ ਐਮਬੈਸੀ ਦੇ ਵਿੱਚ ਇੰਟਰਵਿਊ ਹੋਈ ਉਹ ਵੀ ਬਹੁਤ ਈਜ਼ੀ ਹੋ ਗਈ ਅਤੇ ਮੈਨੂੰ ਸਵੀਡਨ ਬਾਰੇ ਵੀ ਬਹੁਤ ਜ਼ਿਆਦਾ ਨੌਲੇਜ ਮਿਲੀ ਇਹਦੇ ਵਿੱਚ ਆ ਕੇ, ਅਤੇ ਜੋ ਕਿ ਮੈਨੂੰ ਉੱਥੇ ਸਵੀਡਨ ਜਾ ਕੇ ਬਹੁਤ ਹੈਲਪਫੁਲ ਹੋਊਗੀ। ਸੋ ਬੇਸਿਕਲੀ ਫਰੈਂਡਸ, ਸਭ ਤੋਂ ਜ਼ਿਆਦਾ ਜਿਹੜਾ ਇੰਪੋਰਟੈਂਟ ਪਾਰਟ ਰਹੇਗਾ ਵੀਜ਼ਾ ਦੇ ਅੰਦਰ ਉਹ ਸਾਡੀ ਇੰਡੋ ਯੂਰੋਪੀਅਨ ਦੀ ਐਕਸਪਰਟ ਟੀਮ ਜਿਹੜੀ ਤੁਹਾਨੂੰ ਵੀਜ਼ਾ ਇੰਟਰਵਿਊ ਵਾਸਤੇ ਇੰਡੀਵਿਜੁਅਲੀ ਤਿਆਰ ਕਰਾਉਂਦੀ ਹੈਗੀ। ਅਤੇ ਤੁਹਾਡੇ ਗਰੁੱਪ ਦੇ ਅੰਦਰ ਕਿੰਨੇ ਕੁ ਬੱਚੇ ਤੁਹਾਨੂੰ ਇਕੱਠੇ ਪੜ੍ਹਾਏ ਜਾਂਦੇ ਸੀਗੇ? ਵੀ ਟੀ ਪੀ ਕਿੰਨੇ ਬੱਚੇ ਸੀਗੇ ਤੁਸੀਂ? ਟੋਟਲ ਸਟਰੈਂਥ ਕਿੰਨੀ ਸੀ ਤੁਹਾਡੀ ਵੀ ਟੀ ਪੀ? 3-4 ਸਟੂਡੈਂਟ। ਬੇਸਿਕਲੀ ਇਹੀ ਚੀਜ਼ ਹੈਗੀ ਵੀ ਅਸੀਂ 3-4 ਬੱਚਿਆਂ ਨੂੰ ਇਕੱਠੇ ਬਿਠਾ ਕੇ ਵੀ ਟੀ ਪੀ ਪ੍ਰੋਗਰਾਮ ਕਰਦੇ ਹੈਗੇ ਹਾਂ, ਜਿਹਦੇ ਅੰਦਰ ਬੱਚੇ ਨੂੰ ਅਪਰੋਕਸੀ ਤੁਹਾਡਾ ਕਿੰਨਾ ਕੁ ਟਾਈਮ ਵੀ ਟੀ ਪੀ ਚੱਲਿਆ ਸੀਗਾ ਤੁਹਾਡਾ? 10-15 ਦੇ 15 ਦਿਨ ਤੁਹਾਡਾ ਵੀਜ਼ਾ ਟ੍ਰੇਨਿੰਗ ਪ੍ਰੋਗਰਾਮ ਤੁਸੀਂ ਅਟੈਂਡ ਕਰਨ ਤੋਂ ਬਾਅਦ ਹੀ ਐਮਬੈਸੀ ਅਟੈਂਡ ਕਰਦੇ ਹੋ ਅਤੇ ਤੁਹਾਡਾ ਵੀਜ਼ਾ ਆਉਣ ਦੇ ਚਾਂਸਿਸ ਜਿਹੜੇ ਹੈਗੇ ਨੇ ਉਹ ਕਾਫੀ ਚੰਗੇ ਹੋ ਜਾਂਦੇ ਨੇ। ਤੁਹਾਡਾ ਬੇਸਿਕਲੀ ਐਪਲੀਕੇਸ਼ਨ ਵੀ ਤਾਂ ਹੀ ਪਿਕ ਕੀਤੀ ਜਾਂਦੀ ਹੈ, ਤੁਸੀਂ ਕੁਆਲੀਫਾਈ ਕਰਦੇ ਹੋ। ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਐਪਲੀਕੇਸ਼ਨ ਦੇਣ ਤੋਂ ਪਹਿਲਾਂ ਹੀ ਜਸਟੀਫਾਈ ਕਰ ਲੈਂਦੇ ਹਾਂ। ਜੇ ਬੱਚਾ ਸਾਡੀ ਬੇਸਿਕ ਰਿਕੁਆਇਰਮੈਂਟ ਨਹੀਂ ਮੀਟ ਕਰੇਗਾ ਇੰਡੋ ਯੂਰੋਪੀਅਨ ਦੀ ਫਾਈਲ ਨਹੀਂ ਲਏਗੀ। ਅਤੇ ਇਸ ਕਰਕੇ ਮੈਂ ਇਹੀ ਸਜੈਸਟ ਕਰਾਂਗਾ ਉਹਨਾਂ ਸਟੂਡੈਂਟ ਨੂੰ ਜਿਹੜੇ ਸਪਾਊਸ ਦੇਖ ਰਹੇ ਹੈਗੇ ਨੇ, ਸਪਾਊਸ ਨੂੰ ਲੈ ਕੇ ਜਾਣਾ ਚਾਹੁੰਦੇ ਨੇ, 5.5 ਬੈਂਡ ਹੈਗੇ ਨੇ, ਉਹਨਾਂ ਵਾਸਤੇ ਸਵੀਡਨ ਇੱਕ ਬਹੁਤ ਚੰਗੀ ਡੈਸਟੀਨੇਸ਼ਨ ਆ ਰਹੀ ਹੈਗੀ। ਅਤੇ ਵੰਸ ਅਗੇਨ ਕੁਲਵਿੰਦਰ, ਥੈਂਕ ਯੂ ਸੋ ਮਚ, ਐਂਡ ਵੰਸ ਅਗੇਨ ਕੰਗਰੈਚੁਲੇਸ਼ਨ, ਤੁਸੀਂ ਬੈਕਿੰਗ ਕਰੋ ਅਤੇ ਕੀਪ ਵਾਚਿੰਗ ਫਰੈਂਡਸ ਯੂਟਿਊਬ ਚੈਨਲ, ਅਤੇ ਅਸੀਂ ਹੋਰ ਸਟੂਡੈਂਟ ਦੇ ਰਿਵਿਊਜ਼ ਲੈ ਕੇ ਆਵਾਂਗੇ ਅਤੇ ਇਹਨਾਂ ਰਿਵਿਊਜ਼ ਦੇ ਨਾਲ ਬੱਚਿਆਂ ਨੂੰ, ਸਾਡੇ ਨਿਊ ਸਟੂਡੈਂਟ ਨੂੰ ਇੱਕ ਬਹੁਤ ਚੰਗੀ ਇਨਫੋਰਮੇਸ਼ਨ ਮਿਲਦੀ ਹੈਗੀ ਵੀ ਕਿਹੜੇ ਕਿਹੜੇ ਬੱਚੇ ਕਿਹੜੀ ਕਿਹੜੀ ਕੰਟਰੀ ਦੇ ਅੰਦਰ ਜਾ ਕੇ ਪੜ੍ਹਾਈ ਕਰ ਸਕਦੇ ਨੇ। ਥੈਂਕਸ ਫੋਰ
ਫਰੈਂਡਸ, ਵੈਲਕਮ ਟੂ ਇੰਡੋ ਯੂਰਪੀਅਨ ਯੂਟਿਊਬ ਚੈਨਲ। ਬੇਸਿਕਲੀ ਅੱਜ ਸੈਕਿੰਡ ਅਸੀਂ ਰਿਕਾਰਡਿੰਗ ਸ਼ੁਰੂ ਕੀਤੀ ਹੈ, ਸੈਕਿੰਡ ਟੈਸਟੀਮੋਨੀ ਸ਼ੁਰੂ ਕੀਤਾ ਹੈ ਸਾਡੇ ਸਟੂਡੈਂਟ ਜਸਵੀਰ ਦਾ। ਜਸਵੀਰ, ਜਿਹੜੇ ਜਸਵੀਰ ਕਿੱਥੋਂ ਆਏ ਹੋ ਅੱਜ ਤੁਸੀਂ? ਗੁਰਾਇਆ ਤੋਂ ਆਏ ਹਾਂ। ਗੁਰਾਇਆ ਤੋਂ ਹੈਗੇ ਜਸਵੀਰ ਬੇਸਿਕਲੀ, ਅਤੇ ਅੱਜ ਸਾਡੇ ਆਫਿਸ 'ਚ ਇੱਥੇ ਆਏ ਨੇ। 20 ਅਗਸਤ ਸੰਡੇ ਦਾ ਦਿਨ ਹੈਗਾ, ਲੁਧਿਆਣੇ ਅਸੀਂ ਬੈਠੇ ਹੋਏ ਹਾਂ ਇਸ ਟਾਈਮ, ਅਤੇ ਅਸੀਂ ਬੇਸਿਕਲੀ ਡਿਸਕਸ ਕਰ ਰਹੇ ਹੈਗੇ ਹਾਂ ਬੱਚਿਆਂ ਦੇ ਐਕਸਪੀਰੀਅੰਸਿਸ ਇੰਡੋ ਯੂਰਪੀਅਨ ਦੇ ਨਾਲ। ਪਿਛਲੇ 2 ਮਹੀਨੇ 'ਚ ਜਿਹੜੇ ਬੱਚੇ ਇਨਰੋਲ ਹੋਏ ਸੀ ਸਤੰਬਰ ਇਨਟੇਕ ਵਾਸਤੇ, ਅਸੀਂ ਬਹੁਤ ਗੱਲਾਂ ਕੀਤੀਆਂ ਟੀਵੀ 'ਤੇ, ਵੀ ਅਸੀਂ ਬੱਚਿਆਂ ਨੂੰ ਪ੍ਰੋਮਿਸ ਕੀਤੇ ਸੀ ਵੀਜ਼ੇ ਅਸੀਂ ਕਰਾ ਕੇ ਦੇਵਾਂਗੇ, ਅਸੀਂ ਪੂਰੀ ਹੈਲਪ ਕਰਾਂਗੇ, ਸਪੋਰਟ ਕਰਾਂਗੇ, ਟ੍ਰੇਨ ਕਰਾਂਗੇ। ਇਹੋ ਜਿਹੇ ਕਾਫੀ ਪ੍ਰੋਮਿਸਿਸ ਇੰਡੋ ਯੂਰਪੀਅਨ ਕਾਫੀ ਮੀਡੀਆ 'ਚ ਕਰਦੀ ਹੈਗੀ, ਜਿਹਦੇ ਅੰਦਰ ਡਿਫਰੈਂਟ ਡਿਫਰੈਂਟ ਚੈਨਲ 'ਚ ਵੀ ਅਸੀਂ ਕਰਦੇ ਹੈਗੇ, ਤੁਸੀਂ ਮੈਨੂੰ ਹਮੇਸ਼ਾ ਦੇਖਿਆ ਸੁਣਦੇ ਗਿਆ ਹੈ। ਲੇਕਿਨ ਕਿਤੇ ਕਿਤੇ ਕੁਝ ਬੱਚਿਆਂ ਦਾ ਹਮੇਸ਼ਾ ਮੈਨੂੰ ਮੈਸੇਜ ਆਉਂਦਾ, ਸਰ ਜਿਹੜੇ ਬੱਚੇ ਤੁਸੀਂ ਪਾਰ ਭੇਜ ਰਹੇ ਹੋ ਇਹਨਾਂ ਦੇ ਜਿਹੜੇ ਐਕਸਪੀਰੀਅੰਸਿਸ ਹੈਗੇ ਨੇ ਸਾਨੂੰ ਉਹ ਵੀ ਦਿਖਾਓ, ਕਿਉਂਕਿ ਤੁਸੀਂ ਕਲੇਮ ਤਾਂ ਏਜੰਸੀਆਂ ਸਾਰੀਆਂ ਕਰਦੀਆਂ ਨੇ, ਕੋਈ ਇਹ ਨਹੀਂ ਕਹਿੰਦਾ ਵੀ ਮੈਂ ਮਾੜੀ ਕੰਪਨੀ ਹੈਗਾ, ਲੇਕਿਨ ਜਿਹੜੇ ਤੁਹਾਡੇ ਕਸਟਮਰਸ ਹੈਗੇ, ਤੁਹਾਡੇ ਕਲਾਇੰਟਸ ਹੈਗੇ, ਤੁਹਾਡੇ ਸਟੂਡੈਂਟਸ ਹੈਗੇ ਨੇ, ਵੀ ਉਹ ਕੀ ਕਹਿੰਦੇ ਤੁਹਾਡੇ ਇੰਡੋ ਯੂਰਪ ਬਾਰੇ, ਇਹ ਜਾਣਨਾ ਬਹੁਤ ਜ਼ਰੂਰੀ ਹੈਗਾ। ਅਤੇ ਮੇਰੇ ਨਾਲ ਅੱਜ ਗੁਰਾਇਆ ਤੋਂ ਜਸਵੀਰ ਹੈਗੇ ਨੇ, ਅਤੇ ਜਸਵੀਰ ਕੰਗ੍ਰੈਚੁਲੇਸ਼ਨ, ਤੁਹਾਡਾ ਵੀਜ਼ਾ ਆ ਗਿਆ ਲਖਨੀਆ ਦਾ। ਥੈਂਕ ਯੂ ਸਰ। ਅਤੇ ਜਸਵੀਰ, ਇਹ ਰਿਹਾ ਤੁਹਾਡਾ ਪਾਸਪੋਰਟ। ਜਸਵੀਰ, ਬੇਸਿਕਲੀ ਅੱਜ ਇਸ ਵੀਡੀਓ ਨੂੰ ਬਣਾਉਣ ਦਾ ਇੱਕ ਮਕਸਦ ਸਿਰਫ ਇਹ ਹੈਗਾ ਕਿ ਅਸੀਂ ਇੱਥੇ ਕੁਝ ਸੈਲ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹੈਗੇ। ਸਾਡਾ ਮੇਨ ਮੁੱਦਾ ਇਹ ਹੁੰਦਾ ਵੀ ਜਿਹੜੇ ਸਟੂਡੈਂਟ ਯੂਰਪ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਠੱਗੀ ਦਾ ਸ਼ਿਕਾਰ ਅਸੀਂ ਦੇਖਿਆ ਗਿਆ ਬੱਚੇ ਹੋ ਰਹੇ। ਪੰਜਾਬ ਦੇ ਅੰਦਰ ਬੱਚਾ ਪੈਸਾ ਵੀ ਦੇ ਰਿਹਾ ਹੈਗਾ, ਪੈਸਾ ਦੇਣ ਤੋਂ ਬਾਅਦ ਵੀ ਵੀਜ਼ਾ ਲੱਗ ਨਹੀਂ ਰਿਹਾ, ਫਿਰ ਵੀ ਬੱਚੇ ਦਾ ਬਈ ਵੀਜ਼ਾ ਲੱਗਿਆ ਜਾਂ ਨਹੀਂ ਲੱਗਿਆ, ਬੱਚੇ ਦਾ 1-1.5 ਲੱਖ ਰੁਪਏ ਦਾ ਨੁਕਸਾਨ ਹੋ ਜਾਂਦਾ ਹੈਗਾ, ਲੇਕਿਨ ਏਜੰਟ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ। ਗੁਰਾਇਆ ਤੋਂ ਤੁਸੀਂ ਇੰਡੋ ਯੂਰਪੀਅਨ ਦੀ ਕਿਹੜੀ ਬ੍ਰਾਂਚ 'ਚ ਅਪਲਾਈ ਕੀਤਾ? ਮੈਂ ਸਰ ਅੰਮ੍ਰਿਤਸਰ ਬ੍ਰਾਂਚ ਅਪਲਾਈ ਕੀਤਾ। ਅੱਛਾ ਜੀ। ਤੇ ਮੈਂ ਤੁਹਾਡਾ ਜਿਹੜਾ ਟੀਵੀ ਸ਼ੋਅ ਤੇ ਸ਼ੋਅ ਵੇਖਿਆ ਸੀਗਾ, ਤੇ ਫਸਟ ਟਾਈਮ ਮੈਂ ਤੁਹਾਨੂੰ ਜਿਹੜਾ ਅੰਮ੍ਰਿਤਸਰ ਬ੍ਰਾਂਚ ਵਿੱਚ ਮਿਲਿਆ ਸੀ ਤੇ ਉੱਥੇ ਵਿਜ਼ਿਟ ਕੀਤਾ। ਤੁਹਾਡੀ ਪਹਿਲੀ ਵਿਜ਼ਿਟ ਅੰਮ੍ਰਿਤਸਰ ਬ੍ਰਾਂਚ 'ਚ ਕਦ ਹੋਈ ਸੀਗੀ? ਸਰ ਮੇਰੀ ਫਸਟ ਵਿਜ਼ਿਟ ਜਿਹੜੀ ਆ ਉਹ ਸਤੰਬਰ ਤੋਂ 1 ਮੰਥ ਪਹਿਲਾਂ ਹੀ ਹੋਈ ਸੀ, ਥੋੜ੍ਹਾ ਟਾਈਮ ਪਹਿਲਾਂ ਸੀ। ਮਤਲਬ ਤੁਸੀਂ ਹੁਣ ਕੁਝ 2-3 ਮਹੀਨੇ ਪਹਿਲਾਂ? ਹਾਂਜੀ ਸਰ, ਮੈਂ 2-3 ਮਹੀਨੇ ਪਹਿਲਾਂ ਹੀ ਆਇਆ ਸੀਗਾ। ਅੱਛਾ, ਹਾਂਜੀ। ਤੇ ਬੇਸਿਕਲੀ ਉੱਥੇ ਤੁਹਾਡਾ ਰਾਬਤਾ ਕਿਹਦੇ ਨਾਲ ਕਾਇਮ ਹੋਇਆ ਸੀ, ਕਿਸ ਕਿਸ ਸਟਾਫ ਨੇ ਸਾਡੇ ਨੂੰ ਇੰਟਰਟੇਨ ਕੀਤਾ ਸੀ? ਫਸਟ ਆਫ ਰਵਨੀਤ ਮੈਮ ਐਂਡ ਅਰਸ਼ਿਤੀ ਮੈਮ, ਦੈਨ ਸਰ ਜੋ। ਤੇ ਬੇਸਿਕਲੀ ਤੁਹਾਡਾ ਜਿਹੜਾ ਐਕਸਪੀਰੀਅੰਸ ਮੈਂ ਗੱਲ ਕਰਦੇ ਹਾਂ ਵੀ ਜੇ ਅਸੀਂ ਗੱਲ ਕਰਦੇ, ਤੁਸੀਂ ਗੁਰਾਇਆ ਤੋਂ ਅੰਮ੍ਰਿਤਸਰ ਆ ਰਹੇ ਹੋ, ਕਾਫੀ ਏਜੰਟ ਸੀਗੇ ਅੰਮ੍ਰਿਤਸਰ ਦੇ ਅੰਦਰ, ਇੰਡੋ ਯੂਰੋਪੀਅਨ ਨੂੰ ਹੀ ਚੂਜ਼ ਕਰਨ ਦਾ ਕੋਈ ਸਪੈਸਿਫਿਕ ਰੀਜ਼ਨ? Because they are always preferred to honesty and they are clear all documents and visas and I'm very happy because they are honest and supportive and I bahut time baad inna da show vekhya si TV te vi te newspaper te ad vi vekhi si inna ne visa vi main dekhe si pe main inna di website te aap ja ke check vi kita si main tinna universities nu documents mail kite si jinna ne mainu khud suggest kita si ਕਿ ਤੁਸੀਂ ਇੰਡੋ ਯੂਰੋਪੀਅਨ ਪ੍ਰਾਈਵੇਟ ਨੂੰ ਚੂਜ਼ ਕਰੋ। ਆਪ ਮੈਂ ਖੁਦ ਆਪਣੀ ਮੇਲ ਤੋਂ, ਪਰਸਨਲ ਮੇਲ ਹੈ ਮੇਰੇ ਪਾਸ, ਕਿ ਮੈਂ ਉੱਥੇ ਡਾਕੂਮੈਂਟ ਸੈਂਡ ਕੀਤੇ ਸੀ ਯੂਨੀਵਰਸਿਟੀਆਂ ਨੂੰ ਡਾਇਰੈਕਟ ਵਿਦਆਊਟ ਐਨੀ ਜਾਣਕਾਰੀ ਨਹੀਂ ਲੈ ਕੇ, ਉਹਨਾਂ ਨੇ ਮੈਨੂੰ ਸਪੈਸ਼ਲੀ ਸੁਜੈਸਟ ਕੀਤਾ ਸੀ ਇੰਡੋ ਯੂਰੋਪੀਅਨ। ਅਤੇ ਡੀਅਰ ਬੇਜਸਵੀਰ, ਗੱਲ ਕਰ ਰਹੇ ਹਾਂ ਬੇਸਿਕਲੀ, ਅੱਜ ਅਸੀਂ ਵੀਜ਼ਾ ਵੀ ਲੱਗ ਗਿਆ ਹੈਗਾ ਜੀ, ਅਤੇ ਪੂਰੀ ਖੁਸ਼ੀ ਵੀ ਇਹ ਹੈ, ਜਾਣ ਦਾ ਬੜਾ ਚਾਅ ਵੀ ਹੈਗਾ। ਅਤੇ ਸਭ ਤੋਂ ਇੰਪੋਰਟੈਂਟ ਗੱਲ ਇਹ ਆਉਂਦੀ ਹੈ ਵੀ ਇੰਡੋ ਯੂਰਪੀਅਨ ਨੇ ਜਿਹੜੀ ਤੁਹਾਡੀ ਫੀ ਹੈਗੀ ਉਹ ਆਫਟਰ ਵੀਜ਼ਾ ਲਿੱਤੀ ਹੈ ਜਾਂ ਬਿਫੋਰ ਵੀਜ਼ਾ ਲਿੱਤੀ ਹੈ? ਸਾਰੀ ਫੀਸ ਮੇਰੀ ਆਫਟਰ ਵੀਜ਼ਾ ਆ, ਅਤੇ ਮੈਨੂੰ ਬਿਲਕੁਲ ਇਹਨਾਂ 'ਤੇ ਭਰੋਸਾ ਸੀਗਾ, ਅਤੇ ਮੈਂ ਕੋਈ ਵੀ ਪੈਸੇ ਜਾਂ ਕੁਛ ਵੀ ਇੱਦਾਂ ਦੀ ਠੱਗੀ ਟੋਰੀ ਦਾ ਇਹਨਾਂ ਦਾ ਬਿਲਕੁਲ ਵੀ ਕੋਈ ਕੰਮ ਨਹੀਂ ਹੈ। ਫਿਰ ਅਸੀਂ ਕਾਫੀ ਮੀਡੀਆ 'ਚ ਕਲੇਮ ਕਰਦੇ ਹੈਗੇ ਹਾਂ, ਮੈਂ ਇੱਕ ਗੱਲ ਰੱਖਣਾ ਚਾਹਾਂਗਾ ਵੀ ਕਿ ਅਸੀਂ ਬੱਚਿਆਂ ਦੀ ਤਿਆਰੀਆਂ ਕਾਫੀ ਕਰਾਉਂਦੇ ਹਾਂ, ਕਿਉਂਕਿ VTP ਜਿਹਨੂੰ ਅਸੀਂ ਇੰਡੋ ਯੂਰਪੀਅਨ ਦਾ VTP ਪ੍ਰੋਗਰਾਮ, ਕਾਫੀ ਬੱਚਿਆਂ ਜਿਹੜੇ ਇੰਡੋ ਯੂਰਪੀਅਨ ਸਰਵਿਸ ਦਿੰਦੇ ਉਹਨਾਂ ਨੂੰ ਪਤਾ ਹੈਗਾ ਵੀਜ਼ਾ ਟ੍ਰੇਨਿੰਗ ਪ੍ਰੋਗਰਾਮ ਸਾਡਾ ਕਾਫੀ ਫੇਮਸ ਹੈਗਾ ਪੂਰੇ ਇੰਡੀਆ ਦੇ ਅੰਦਰ, ਉਹ ਟ੍ਰੇਨਿੰਗ ਪ੍ਰੋਗਰਾਮ 'ਤੇ ਤੁਸੀਂ ਵੀ, ਤੁਹਾਨੂੰ ਫੈਸਿਲਿਟੀ ਦਿੱਤੀ ਗਈ ਸੀ? ਬਿਲਕੁਲ ਸਰ, ਮੈਨੂੰ ਆਲਮੋਸਟ 2 ਮੰਥ ਦੀ ਫੈਸਿਲਿਟੀ ਦਿੱਤੀ ਗਈ ਹੈ। ਮੈਂ ਖੁਦ ਜੋਬ ਕਰਦਾ ਸੀ ਪ੍ਰਾਈਵੇਟ ਸੈਕਟਰ ਦੇ ਵਿੱਚ, ਬਟ ਮੈਨੂੰ ਛੁੱਟੀ ਨਹੀਂ ਸੀ ਮਿਲ ਰਹੀ, ਫਿਰ ਵੀ ਸਰ ਨੇ ਔਰ ਮੈਮ ਨੇ ਸਪੈਸ਼ਲੀ ਕਾਲ ਕਰ ਕਰਕੇ ਮੈਨੂੰ ਬੁਲਾਇਆ ਔਰ ਮੇਰੀ ਇੰਟਰਵਿਊ ਦੀ ਤਿਆਰੀ ਕਰਾਈ, ਔਰ ਬਹੁਤ ਹੀ ਵਧੀਆ ਪ੍ਰਿਪੇਰੇਸ਼ਨ ਸੀਗੀ ਉਹਨਾਂ ਦੀ, ਅੰਬੈਸੀ ਦੇ ਵਿੱਚ ਜਾ ਕੇ ਵੀ ਮੈਨੂੰ ਕੋਈ ਡਰ ਨਹੀਂ ਲੱਗਾ ਔਰ ਮੈਂ ਬਿਲਕੁਲ ਕੁਝ ਹੀ ਸੈਕਿੰਡਾਂ ਦੇ ਵਿੱਚ ਆਪਣੀ ਵੀ ਇੰਟਰਵਿਊ ਕਲੀਅਰ ਕੀਤੀ ਅਤੇ ਵੀਜ਼ਾ ਪ੍ਰਾਪਤ ਕੀਤਾ। ਅਤੇ ਅੰਬੈਸੀ ਅਪਲਾਈ ਕਰਨ ਤੋਂ ਬਾਅਦ ਕਿੰਨੇ ਦਿਨ ਤੁਹਾਡਾ ਵੀਜ਼ਾ ਆਇਆ ਹੈਗਾ? ਮੇਰੀ ਜਿਹੜੀ ਇੰਟਰਵਿਊ ਸੀ 12 ਅਗਸਤ ਦੀ ਸੀ ਅਤੇ 24 ਅਗਸਤ ਨੂੰ ਮੇਰਾ ਵੀਜ਼ਾ ਆ ਗਿਆ।
ਤੇ ਤੁਹਾਡੀ ਜਿਹੜੀ ਲਾਸਟ ਕੁਆਲੀਫਿਕੇਸ਼ਨ ਹੈਗੀ ਉਹ ਕੀ ਹੈਗੀ? ਮੇਰੀ ਲਾਸਟ ਕੁਆਲੀਫਿਕੇਸ਼ਨ ਜਿਹੜੀ ਡਿਪਲੋਮਾ ਇਨ ਮਕੈਨੀਕਲ ਇੰਜੀਨੀਅਰਿੰਗ ਆ, ਔਰ ਮੇਰਾ ਜਿਹੜਾ ਉੱਧਰ ਫਰਦਰ ਕੋਰਸ ਆ ਬੈਚਲਰ ਆਫ ਮਕੈਨੀਕਲ ਇੰਜੀਨੀਅਰਿੰਗ ਆ, 4 ਈਅਰ ਦੀ ਬੈਚਲਰ ਡਿਗਰੀ ਆ ਇਨ ਵੀਜੀਪੀ। ਸੇ ਵੀਜੀਟੀ ਯੂਨੀਵਰਸਿਟੀ ਲੈਣ ਦਾ ਕੋਈ ਖਾਸ ਰੀਜ਼ਨ, ਦਿਥੂਨੀਆ ਲੈਣ ਦਾ ਕੋਈ ਖਾਸ ਰੀਜ਼ਨ ਤੁਹਾਡਾ? ਫਸਟ ਆਫ ਆਲ ਇਟਸ ਇਨ ਸ਼ੈਨੀਗਨ, ਸੈਕੰਡਲੀ ਜਿਹੜੀ ਵੀਜੀਟੀ ਯੂਨੀਵਰਸਿਟੀ ਆ ਇਹ 75 ਰੈਂਕ ਵਰਲਡ ਵਾਈਡ ਯੂਨੀਵਰਸਿਟੀ ਆ, ਔਰ 10 ਪਲੱਸ ਜਿਹੜੀ ਇਹਨਾਂ ਦੀਆਂ ਫੈਸਿਲਿਟੀਜ਼ ਆ, 11,000 ਲੋਕਲ ਐਂਡ 800 ਇੰਟਰਨੈਸ਼ਨਲ ਸਟੂਡੈਂਟਸ ਆ ਫਰੋਮ 48 ਕੰਟਰੀਜ਼ ਐਂਡ 33 ਸਰਚ ਲੈਵਲ ਆ, ਔਰ 4 ਟ੍ਰੇਨਿੰਗ ਸੈਂਟਰ ਆ ਔਰ 4 ਸਰਚ ਸੈਂਟਰ ਆ ਉਹਨਾਂ ਕੋਲ। ਅਤੇ ਬੇਸਿਕਲੀ ਕਿੱਥੇ ਨਾ ਕਿੱਥੇ ਤਾਂ ਅੱਜ ਅਸੀਂ ਗੱਲ ਕਰਦੇ ਹਾਂ ਸਟੂਡੈਂਟ ਜਿਹੜੇ ਹੈਗੇ ਨੇ ਜਿਹੜੇ ਕੈਨੇਡਾ ਜਾਣ ਜਾਂਦੇ, ਤੁਹਾਡੇ ਕੋਲ ਆਈਐਲਟੀਸ ਵੀ ਹੈਗਾ? ਯੈਸ ਸਰ, ਆਈ ਹੈਵ ਡਨ ਐਲੀਅਸ 5.5 ਬੈਂਡਸ ਐਂਡ 5 ਈਚ, ਬਟ ਐਮ ਮੋਸਟਲੀ ਪ੍ਰੈਫਰੈਂਸ ਟੂ ਯੂਰਪੀਅਨ ਬਿਕੋਜ਼ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਯੂਰਪੀਅਨ ਐਜੂਕੇਸ਼ਨ। ਤਾਂ ਬੇਸਿਕਲੀ 5.5 ਬੈਂਡ ਦੇ ਨਾਲ ਤੁਹਾਡਾ ਵੀਜ਼ਾ ਵੀ ਲੱਗ ਗਿਆ ਹੈਗਾ, ਪਰ ਤੁਹਾਡੇ ਕਾਫੀ ਫਰੈਂਡਸ ਹੈਗੇ ਜਿਹਨਾਂ ਦੇ ਆਈਐਲਟੀਸ ਵੀ ਨਹੀਂ ਹੈਗੇ, ਲੇਕਿਨ ਫਿਰ ਵੀ ਉਹਦੇ ਵੀਜ਼ਾ ਲੱਗੇ ਨੇ। ਅਤੇ ਬੇਸਿਕਲੀ ਤੁਹਾਨੂੰ ਲੱਗਦਾ ਵੀ ਯੂਰਪ ਜਾ ਕੇ ਹੁਣ ਅੱਜ ਕੱਲ੍ਹ ਲੋਕ ਕੈਨੇਡਾ ਤੋਂ ਜਾ ਰਹੇ ਨੇ ਕਾਫੀ, ਪਰ ਵੀਜ਼ੇ ਵੀ ਕਾਫੀ ਰਿਫਿਊਜ਼ ਹੋ ਰਹੇ ਨੇ, ਕੈਨੇਡਾ ਦਾ ਬੱਚਾ ਜਾਂ ਨਿਊਜ਼ੀਲੈਂਡ ਦਾ ਬੱਚਾ ਜਿਹੜਾ ਹੈਗਾ ਅੱਜ ਸੋਚਦਾ ਯੂਰਪ ਨੂੰ, ਪਰ ਕਿਤੇ ਨਾ ਕਿਤੇ ਕਨਫਿਊਜ਼ ਹੈਗਾ ਵੀ ਮੈਂ ਯੂਰਪ ਜਾਵਾਂ ਜਾਂ ਨਹੀਂ ਜਾਵਾਂ, ਉਹਨਾਂ ਬੱਚਿਆਂ ਵਾਸਤੇ ਤੁਹਾਡਾ ਕੀ ਮੈਸੇਜ ਹੋਏਗਾ? ਅਗਰ ਮੈਨੂੰ 5.5 'ਤੇ ਕੈਨੇਡਾ ਦੀ ਵੀ ਆਪਸ਼ਨ ਮਿਲਦੀ ਸੀ, ਨਿਊਜ਼ੀਲੈਂਡ ਦੀ ਵੀ, ਆਸਟ੍ਰੇਲੀਆ ਦੀ ਵੀ, ਆਫਟਰ ਕੰਪਲੀਸ਼ਨ ਆਫ ਕੋਰਸ ਆਈ ਹੈਵ ਓਨਲੀ ਵਨ ਆਪਸ਼ਨ ਵਰਕ ਪਰਮਿਟ, ਬਟ ਇਨ ਯੂਰਪਨ ਆਈ ਹੈਵ ਆਫਟਰ ਕੰਪਲੀਸ਼ਨ ਆਫ ਕੋਰਸ ਆਈ ਹੈਵ 26 ਕੰਟਰੀਜ਼ ਫੋਰ ਵਰਕ ਪਰਮਿਟ ਫੋਰ ਜੋਬ ਐਂਡ ਆਈ ਹੈਵ ਓਪਨ ਦਾ ਵਰਲਡ, ਦੈਟਸ ਵਾਈ ਆਈ ਚੂਜ਼ ਯੂਰਪ। ਸੋ ਜਸਵੀਰ, ਕਿਸੇ ਤੋਂ ਕਹਿਣ ਦਾ ਮਤਲਬ ਹੈ ਤੁਸੀਂ ਓਵਰਆਲ ਜਿਹੜੀ ਇੰਡੀਪੈਂਡੈਂਟ ਸਰਵਿਸ ਹੈਗੀ ਉਹਦੇ ਨਾਲ ਖੁਸ਼ ਹੋ? ਬਿਲਕੁਲ ਸਰ, ਮੈਂ ਬਿਲਕੁਲ ਸੈਟਿਸਫਾਈ ਹਾਂ ਐਂਡ ਮੈਂ ਵੈਰੀ ਹੈਪੀ ਹਾਂ। ਅੱਜ ਮੈਂ ਆਪਣਾ ਪਾਸਪੋਰਟ ਵੀ ਕਲੈਕਟ ਕੀਤਾ ਔਰ ਵੀਜ਼ਾ ਤਾਂ ਮੈਂ ਕਾਫੀ ਦਿਨ ਪਹਿਲਾਂ ਲੈ ਲਿਆ ਸੀ, ਅਤੇ ਹੁਣ ਮੇਰੀ 30 ਸਤੰਬਰ ਨੂੰ ਜਿਹੜੀ ਫਲਾਈਟ ਆ ਅਤੇ ਮੇਰੀ 1 ਸਤੰਬਰ ਨੂੰ ਉੱਧਰ 1st ਕਲਾਸ ਆ, ਔਰ ਮੈਂ ਬਹੁਤ ਹੈਪੀ ਹਾਂ, ਮੇਰੀ ਫੈਮਿਲੀ, ਮਾਈ ਫਰੈਂਡਸ ਐਂਡ ਮੀ, ਆਈ ਐਮ ਵੈਰੀ ਹੈਪੀ। ਥੈਂਕ ਯੂ ਜਸਵੀਰ, ਥੈਂਕ ਯੂ ਸੋ ਮਚ। ਫਰੈਂਡਸ, ਬੇਸਿਕਲੀ ਇਹ ਸੀ ਕਿ ਜਸਵੀਰ ਗੁਰਾਇਆ ਤੋਂ ਇੱਕ ਵਾਰ ਫਿਰ ਛੋਟੇ ਜਿਹੇ ਕਸਬੇ ਤੋਂ ਇੱਕ ਸਟੂਡੈਂਟ ਨੇ ਅੰਮ੍ਰਿਤਸਰ ਆਫਿਸ ਆ ਕੇ ਆਪਣਾ ਵੀਜ਼ਾ ਲੈ ਲਿਆ ਹੈਗਾ। ਲੇਕਿਨ ਮੈਂ ਇੱਥੇ ਇੱਕ ਕੰਗ੍ਰੈਚੁਲੇਸ਼ਨ ਜਸਵੀਰ ਨੂੰ ਇਸ ਕਰਕੇ ਵੀ ਕਰਾਂਗਾ ਵੀ ਬੱਚੇ ਨੇ ਵੀ ਮਿਹਨਤ ਬੜੀ ਕੀਤੀ ਹੈ, ਸਾਰਾ ਕੰਮ ਸਿਰਫ ਏਜੰਟ ਦਾ ਨਹੀਂ ਹੈਗਾ, ਇਹ ਕੰਸਰਨ ਦਾ ਨਹੀਂ ਹੈਗਾ। ਤੁਹਾਨੂੰ ਇੱਕ ਗੱਲ ਸਮਝਣੀ ਪਏਗੀ, ਕੰਸਰਨ ਤੁਹਾਡੀ ਫਾਈਲ ਨੂੰ ਸਿਰਫ ਚੰਗਾ ਤਿਆਰ ਕਰ ਸਕਦਾ ਹੈ, ਤੁਹਾਨੂੰ ਹੈਲਪ ਕਰ ਸਕਦਾ ਹੈ, ਤੁਹਾਨੂੰ ਸਪੋਰਟ ਕਰ ਸਕਦਾ ਹੈਗਾ। ਉਹੀ ਇੰਡੋ ਯੂਰਪੀਅਨ ਇੰਨੇ ਸਾਲਾਂ 14 ਸਾਲਾਂ 'ਚ ਕਰ ਰਹੀ ਹੈਗੀ, ਅੰਮ੍ਰਿਤਸਰ, ਲੁਧਿਆਣਾ, ਚੰਡੀਗੜ੍ਹ, ਬਠਿੰਡਾ ਅਤੇ ਨਾਂ ਪਟਿਆਲਾ ਵੀ ਸਟਾਰਟ ਹੋਣ ਲੱਗੇ 1 ਸਤੰਬਰ ਤੋਂ। ਅਤੇ ਇਹਨਾਂ ਆਫਿਸਾਂ 'ਚ ਆ ਕੇ ਆਪਣੀ ਐਪਲੀਕੇਸ਼ਨ ਨੂੰ ਰਿਵਿਊ ਕਰਾ ਸਕਦੇ ਹੋ, ਚੈੱਕ ਕਰਾ ਸਕਦੇ ਹੋ। ਜੇ ਤੁਹਾਡੀ ਐਪਲੀਕੇਸ਼ਨ ਐਕਸੈਪਟ ਕੀਤੀ ਜਾਏਗੀ ਕਿਸੇ ਵੀ ਸੈਂਟਰ ਦੇ ਅੰਦਰ, ਤੁਹਾਡੀ ਪਰਸਨਲ ਮੀਟਿੰਗ ਮੇਰੇ ਨਾਲ ਕਰਾ ਕੇ ਤੁਹਾਡਾ ਪਰਸਨਲੀ ਅਸੀਂ ਕੇਸ ਜਿਹੜਾ ਮੈਂ ਆਪ ਫੋਲੋ ਕਰਾਂਗਾ, ਕਿਉਂਕਿ ਹਰ ਸਟੂਡੈਂਟ ਦੀ ਪ੍ਰੀ ਇਨਰੋਲਮੈਂਟ ਤੋਂ ਬਾਅਦ ਕੰਪਨੀ ਦੇ ਅੰਦਰ, ਇੰਡੋ ਯੂਰਪ ਦੇ ਅੰਦਰ ਮੇਰੇ ਨਾਲ ਇੱਕ ਪਰਸਨਲ ਮੀਟਿੰਗ ਕਰਾਈ ਜਾਂਦੀ, ਜਿੱਦਾਂ ਮੈਂ ਬੱਚੇ ਨੂੰ ਬੈਠ ਕੇ ਚੈੱਕ ਕਰਦਾ ਵੀ ਜਿਹੜੇ ਬੱਚੇ ਨੂੰ ਅਸੀਂ ਐਕਸੈਪਟ ਕੀਤਾ ਹੈਗਾ ਉਹ ਬੱਚਾ ਉਸ ਪਰਟੀਕੁਲਰ ਕੰਟਰੀ ਵਾਸਤੇ ਐਲੀਜੀਬਲ ਹੈਗਾ ਜਾਂ ਨਹੀਂ। ਇਸ ਕਰਕੇ ਜਿਹੜੀ ਫੇਕ ਕਾਊਂਸਲਿੰਗ ਹੈਗੀ ਉਹ ਸਾਡੇ ਇੱਥੇ ਹੁੰਦੀ ਨਹੀਂ ਹੈਗੀ, ਇਸੇ ਕਰਕੇ ਸਾਡੇ ਜਿਹੜਾ ਵੀਜ਼ਾ ਰੇਟ ਹੈਗਾ ਉਹ 98-99% ਹੈਗਾ। ਮੈਂ ਇਹ ਨਹੀਂ ਕਹਾਂਗਾ ਕਿ ਇੰਡੋ ਯੂਰਪ ਦੇ ਵੀਜ਼ਾ ਰਿਫਿਊਜ਼ ਨਹੀਂ ਹੁੰਦੇ ਹੈਗੇ ਨੇ, ਬਟ ਰੇਟ ਆਫ ਰਿਫਿਊਜ਼ਲ ਜਿਹੜਾ ਹੈਗਾ ਉਹ ਸਾਡਾ 2-3% ਮੈਕਸਿਮਮ ਹੈਗਾ, ਇਸ ਤੋਂ ਵੱਧ ਰਿਫਿਊਜ਼ਲ ਰੇਟ ਨਹੀਂ ਹੈਗਾ। ਅਤੇ ਪਲੱਸ ਇੰਡੋ ਯੂਰਪੀਅਨ ਦਾ ਵਾਅਦਾ ਹੈਗਾ, ਜੇ ਤੁਹਾਡਾ ਵੀਜ਼ਾ ਨਹੀਂ ਲੱਗਿਆ ਤੁਸੀਂ ਆਪਣੀ ਕੋਈ ਫੀਸ ਨਹੀਂ ਪੇ ਕਰਨੀ। ਇਹ ਬਹੁਤ ਇੰਪੋਰਟੈਂਟ ਚੀਜ਼ ਹੈਗੀ, ਆ ਕੇ ਡਿਸਕਸ ਕਰੋ ਆਪਣੇ ਕਰੀਅਰ ਬਾਰੇ, ਆਪਣੇ ਫਿਊਚਰ ਬਾਰੇ, ਕਿਉਂਕਿ ਇੱਕ ਵਾਰ ਵੀਜ਼ਾ ਲੱਗ ਗਿਆ ਅਤੇ 26 ਕੰਟਰੀ ਦਾ ਵੀਜ਼ਾ, ਜੇ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਪੂਰੇ ਸ਼ੈਂਗਨ ਦਾ ਰਿਫਿਊਜ਼। ਥੈਂਕ ਯੂ ਸੋ ਮਚ ਫੋਰ ਵਾਚਿੰਗ ਇੰਡੋ ਯੂਰਪੀਅਨ ਐਂਡ ਮੈਨੂੰ ਸੁਣਨ ਵਾਸਤੇ, ਕੀਪ ਵਾਚਿੰਗ ਚੱਲੀਏ ਯੂਰਪ ਦੀ ਇੱਕ ਸੀਰੀਜ਼। ਥੈਂਕ ਯੂ ਸੋ ਮਚ ਫਰੈਂਡਸ, ਵੈਲਕਮ ਟੂ ਯੂਟਿਊਬ ਚੈਨਲ ਇੰਡੋ ਯੂਰਪੀਅਨ ਦੇ। ਇੱਕ ਵਾਰ ਫਿਰ 20 ਅਗਸਤ ਦਾ ਡੇ ਹੈਗਾ, ਸੰਡੇ ਹੈਗਾ, ਲੁਧਿਆਣੇ ਤੋਂ ਅਸੀਂ ਲਾਈਵ ਇਸ ਟਾਈਮ ਕਰ ਰਹੇ ਹੈਗੇ ਹਾਂ, ਅਤੇ ਇਹ ਟੈਸਟੀਮੋਨੀਅਲ ਅਸੀਂ ਬਣਾ ਰਹੇ ਹੈਗੇ, ਰੈਫਰੈਂਸ ਟੈਸਟੀਮੋਨੀਅਲ ਬਣ ਰਿਹਾ ਹੈਗਾ। ਅੱਜ 15-20 ਸਟੂਡੈਂਟ ਦੇ ਪਾਸਪੋਰਟ ਜਿਹੜੇ ਹੈਗੇ ਨੇ ਉਹਨਾਂ ਨੂੰ ਹੈਂਡ ਓਵਰ ਕੀਤੇ ਗਏ ਨੇ, ਉਹਨਾਂ ਦੇ ਵੀਜ਼ਾ ਦਿੱਤੇ ਗਏ ਨੇ। ਇੱਕ ਵਾਰ ਫਿਰ ਮੇਰੇ ਨਾਲ ਹੈਗੇ ਨੇ ਇੰਦਰਜੀਤ ਕੌਰ ਹੁਸ਼ਿਆਰਪੁਰ ਤੋਂ, ਰਾਈਟ ਇੰਦਰਜੀਤ? ਤੁਸੀਂ ਹੁਸ਼ਿਆਰਪੁਰ ਤੋਂ? ਨਵਾਂਸ਼ਹਿਰ ਤੋਂ, ਸੋਰੀ, ਨਵਾਂਸ਼ਹਿਰ ਤੋਂ ਇੰਦਰਜੀਤ ਹੈਗੇ ਨੇ। ਇੰਦਰਜੀਤ ਤੁਹਾਡਾ ਵੀਜ਼ਾ ਆ ਗਿਆ ਹੈਗਾ, ਇਹ ਰਹਾ ਤੁਹਾਡਾ ਪਾਸਪੋਰਟ। ਅਤੇ ਇੰਦਰਜੀਤ ਕੰਗ੍ਰੈਚੁਲੇਸ਼ਨ, ਅਤੇ ਮੇਰੇ ਖਿਆਲ ਇੰਦਰਜੀਤ ਮੈਨੂੰ ਸਾਡੇ ਲੁਧਿਆਣੇ ਆਫਿਸ 'ਚ ਮਿਲੇ ਸੀਗੇ ਪਹਿਲੀ ਵਾਰ, ਅਤੇ ਅਸੀਂ ਕਦ ਮਿਲੇ ਸੀ ਇੰਦਰਜੀਤ?
ਮਾਰਚ ਵਿੱਚ ਮਿਲੇ ਸੀ, ਚੰਡੀਗੜ੍ਹ ਮਿਲੇ ਸੀਗੇ ਅਸੀਂ, ਅਤੇ ਚੰਡੀਗੜ੍ਹ ਅਸੀਂ ਮਾਰਚ 'ਚ ਮਿਲੇ ਸੀਗੇ, ਅਤੇ ਅੱਜ ਹੁਣ ਅਗਸਤ ਦੀ ਅਸੀਂ ਗੱਲ ਕਰ ਰਹੇ ਹੈਗੇ ਹਾਂ, ਅਤੇ ਕਿਤੇ ਨਾ ਕਿਤੇ ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ 5 ਮਹੀਨੇ ਹੋ ਗਏ ਰਹੇ, ਅਤੇ 5 ਮਹੀਨੇ ਪਹਿਲਾਂ ਤੁਸੀਂ ਇੰਡੋ ਯੂਰਪ ਦੇ ਨਾਲ ਰਾਬਤਾ ਕਰ ਦਿੱਤਾ ਸੀਗਾ, ਕਿੱਦਾਂ ਲੱਗ ਰਿਹਾ ਅੱਜ ਵੀਜ਼ਾ ਲੈ ਕੇ? ਖੁਸ਼ੀ ਹੋ ਰਹੀ? ਠੀਕ ਹੈ, ਅਤੇ ਇੰਦਰ ਜੀ ਮੈਂ ਲੁਧਿਆਣਾ ਆਫਿਸ 'ਚ ਤੁਹਾਨੂੰ ਕਾਫੀ ਵਾਰ ਦੇਖਿਆ, ਤੁਸੀਂ ਆਉਂਦੇ ਸੀਗੇ ਇੱਥੇ, ਅਤੇ ਤੁਹਾਡੀ ਜਿਹੜੀ ਵੀ ਟੀ ਪੀ ਪ੍ਰੋਗਰਾਮ ਹੁੰਦੇ ਨੇ, ਵੀਜ਼ਾ ਟ੍ਰੇਨਿੰਗ ਪ੍ਰੋਗਰਾਮ ਜਿਹੜੇ ਅਸੀਂ ਕਹਿੰਦੇ ਹਾਂ, ਉਹ ਤੁਸੀਂ ਲੁਧਿਆਣਾ ਆਫਿਸ 'ਚ ਲਿੱਤਾ ਸੀਗਾ, ਅਤੇ ਇਹ ਵੀ ਟੀ ਪੀ ਪ੍ਰੋਗਰਾਮ ਹੈ ਜੇ ਅਸੀਂ ਕਾਫੀ ਆਪਣੇ ਸਟੂਡੈਂਟ ਦੇ ਨਾਲ ਡਿਸਕਸ ਕਰਦੇ ਹਾਂ ਕਿ ਅਸੀਂ ਇੰਡੋ ਯੂਰਪੀਅਨ ਬੱਚਿਆਂ ਦੀ ਟ੍ਰੇਨਿੰਗ ਬਹੁਤ ਸਟਰੋਂਗਲੀ ਕਰਦੀ ਹੈ, ਇਸ ਕਰਕੇ ਉਹਨਾਂ ਦਾ ਵੀਜ਼ਾ ਸਕਸੈਸ ਰੇਟ ਸਾਡਾ ਜਿਹੜਾ ਹੈਗਾ ਉਹ ਬਹੁਤ ਚੰਗਾ ਆਉਂਦਾ ਹੈਗਾ, ਇਹਦੇ ਨਾਲ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ ਸਰ, ਫਸਟਲੀ ਜਦੋਂ ਮੈਂ ਚੰਡੀਗੜ੍ਹ ਪਹਿਲੇ ਫਸਟ ਟਾਈਮ ਮਿਲੀ ਸੀ ਮੈਂ ਤੁਹਾਨੂੰ, ਅਤੇ ਮੇਰੀ ਕਜ਼ਨ ਸਿਸਟਰ ਆ, ਉਹਨਾਂ ਨੇ ਇੱਥੋਂ ਹੀ ਅਪਲਾਈ ਕੀਤਾ ਸੀਗਾ, ਅਤੇ ਉਹਨਾਂ ਨੇ ਮੈਨੂੰ ਰੈਫਰੈਂਸ ਦਿੱਤੀ ਸੀ ਕਿ ਚੰਡੀਗੜ੍ਹ ਇੰਗਲਿਸ਼ ਯੂਰੋਪੀਅਨ ਦੇ ਵਿੱਚ ਫਾਈਲ ਲਗਵਾਓ, ਅਤੇ ਇਹਦੇ ਵਿੱਚ ਇਹ ਆ ਫਸਟਲੀ ਕਿ ਪਹਿਲਾਂ ਕੁਛ ਪੈਸੇ 50,000 ਐਡਵਾਂਸ ਲੈਂਦੇ ਆ, ਅਤੇ ਬਾਕੀ ਸਾਰੀ ਫੀਸ ਵੀਜ਼ਾ ਆਉਣ ਤੋਂ ਬਾਅਦ ਲੈਂਦੇ ਆ, ਅਤੇ ਉਹਦੇ ਵਿੱਚ ਹੀ ਵੀ ਟੀ ਪੀ ਕਲਾਸਿਸ ਦੇ ਸੈਕਸ਼ਨ ਦਿੱਤੇ ਜਾਂਦੇ ਨੇ, ਮਹੀਨਾ, ਡੇਢ ਮਹੀਨਾ, ਜਿੰਨਾ ਟਾਈਮ ਬੱਚਾ ਨਹੀਂ ਪ੍ਰਿਪੇਅਰ ਹੋ, ਮਤਲਬ ਆਪਣੀ ਇੰਟਰਵਿਊ ਲਈ ਹੁੰਦਾ, ਅਤੇ ਉਸ ਤੋਂ ਬਾਅਦ ਮੈਂ ਡੇਢ ਮਹੀਨਾ ਵੀ ਟੀ ਪੀ ਕਲਾਸਿਸ ਲੁਧਿਆਣਾ ਦੇ ਵਿੱਚ ਜੁਆਇਨ ਕੀਤੀਆਂ, ਅਤੇ ਮੇਰੀ ਪੂਰੀ ਟ੍ਰੇਨਿੰਗ 2 ਤੋਂ 3 ਘੰਟੇ ਮੈਂ ਇੱਥੇ ਲਗਾਉਂਦੀ ਹੁੰਦੀ ਸੀ ਕਲਾਸ, ਅਤੇ ਉਸ ਤੋਂ ਬਾਅਦ ਮੇਰੀ ਇੰਟਰਵਿਊ ਹੋਈ, ਅਤੇ ਹੁਣ ਮੈਂ ਅੱਜ ਵੀਜ਼ਾ ਲੈ ਕੇ, ਅਤੇ ਉਸ ਤੋਂ ਬਾਅਦ ਬਾਕੀ ਪੇਮੈਂਟ ਕੀਤੀ ਆ। ਤੇ ਬੇਸਿਕਲੀ ਇਸ ਜਿਹੜਾ ਵੀਜ਼ਾ ਟ੍ਰੇਨਿੰਗ ਪ੍ਰੋਗਰਾਮ ਸੀਗਾ, ਇਹਦੇ ਨਾਲ ਕੋਈ ਬੈਨੀਫਿਟ ਤਾਂ ਲੱਗਦਾ ਹੋਇਆ ਤੁਹਾਨੂੰ? ਹਾਂਜੀ, ਇਹਦੇ ਵਿੱਚ ਮੇਰੇ ਮਤਲਬ ਕੋਨਫੀਡੈਂਸ, ਫਸਟਲੀ ਮੇਰੇ 'ਚ ਕੋਨਫੀਡੈਂਸ ਬਹੁਤ ਆਇਆ, ਪਹਿਲਾਂ ਮੇਰੇ 'ਚ ਕੋਨਫੀਡੈਂਸ ਨਹੀਂ ਸੀ, ਅਤੇ ਉਸ ਤੋਂ ਬਾਅਦ ਕਿ ਇੰਗਲਿਸ਼ ਦੇ ਉੱਪਰ ਮਤਲਬ ਕਲਾਸਿਸ ਦਿੰਦੇ ਆ, ਅਤੇ ਇੰਗਲਿਸ਼ ਬਹੁਤ ਵਧੀਆ ਹੁੰਦੀ ਆ, ਅਤੇ ਪਹਿਲਾਂ ਮੇਰੀ ਥੋੜ੍ਹੀ ਨਹੀਂ ਵਧੀ ਸੀ ਕਿ ਮੈਂ ਗੱਲ ਕਰਨ ਜੋਗੀ ਵੀ ਨਹੀਂ ਸੀ ਪਹਿਲਾਂ, ਅਤੇ ਅਤੇ ਜਦ ਐਮਬੈਸੀ ਇੰਟਰਵਿਊ 'ਚ ਗਏ ਸੀ ਤੁਸੀਂ, ਜਿੱਥੋਂ ਦੀ ਐਮਬੈਸੀ ਗਏ ਸੀਗੇ, ਤੁਹਾਡੇ ਇੰਟਰਵਿਊ ਦੇ ਅੰਦਰ ਤੁਹਾਡੇ ਕਿੰਨੇ ਕੁ ਤੁਹਾਨੂੰ ਕੁਐਸਚਨ ਪੁੱਛੇ ਗਏ ਸੀਗੇ, ਅਤੇ ਕਿੰਨੇ ਮਿੰਟ ਦੀ ਇੰਟਰਵਿਊ ਹੋਈ ਸੀ? ਇੰਟਰਵਿਊ ਮੇਰੀ 10 ਮਿੰਟ ਤੱਕ ਮੇਰੀ ਇੰਟਰਵਿਊ ਹੋਈ ਸੀ, ਅਤੇ ਉਹਨਾਂ ਨੇ ਕੁਐਸਚਨ ਮਤਲਬ 10 ਤੱਕ ਪੁੱਛੇ ਸੀਗੇ, ਪਹਿਲਾਂ ਉਹਨਾਂ ਨੇ ਮੇਰੀ ਇੰਟਰਡਿਊਸ ਕੀਤਾ ਮੈਨੂੰ, ਫਿਰ ਕਿਹੜੀ ਸਟੱਡੀ ਕਰਨ ਜਾ ਰਹੇ ਹੋ, ਕਿਉਂ ਨਹੀਂ ਜਾ ਰਹੇ ਹੋ ਇਸ ਸਟੱਡੀ ਲਈ, ਹੋਰ ਪ੍ਰੋਗਰਾਮ ਕਿਉਂ ਨਹੀਂ ਲੈ ਰਹੇ, ਅਤੇ ਕਿਹੜੇ ਆਪਾਂ ਸਬਜੈਕਟ ਉੱਥੇ ਜਾ ਕੇ ਪੜ੍ਹਨੇ ਨੇ, ਸਾਰਾ ਉਹਨਾਂ ਨੇ ਪੁੱਛਿਆ ਸੀ। ਕਿਸੇ ਕਿਸਮ ਦਾ ਤੁਹਾਨੂੰ ਅਨਕੰਫਰਟੇਬਲ ਮਹਿਸੂਸ ਹੋਇਆ ਸੀ ਕਿ ਮੈਨੂੰ ਤਿਆਰੀ ਨਹੀਂ ਹੈਗੀ, ਮੈਂ ਬੇਸੀ 'ਚ ਖੜੀ ਹਾਂ, ਕੋਈ ਇਸ ਕਿਸਮ ਦਾ ਕੋਈ ਅਨਕੰਫਰਟੇਬਲ ਨਹੀਂ ਸੀਗਾ, ਮਤਲਬ ਤੁਸੀਂ ਪਹਿਲਾਂ ਹੀ ਪ੍ਰਪੇਅਰ ਹੋ ਕੇ ਗਏ ਸੀਗੇ, ਅਤੇ ਤੁਹਾਡੇ ਨਾਲ ਹੋਰ ਕਿਹੜੇ ਫਰੈਂਡ ਜਿਹੜੇ ਹੈਗੇ ਨੇ ਉਹ ਜਾ ਰਹੇ ਨੇ, ਕੋਈ ਸਟੂਡੈਂਟ ਜਾ ਰਿਹਾ ਹੈਗਾ, ਕੋਈ ਲਿਥੂਨੀਆ, ਕੋਈ ਲਾਟਵੀਆ, ਤੁਹਾਡੇ ਫਰੈਂਡ ਦੇ ਵੀਜ਼ਾਸ ਆ ਗਏ ਨੇ? ਹਾਂਜੀ, ਸਾਰਿਆਂ ਦੇ ਆ ਗਏ ਨੇ। ਤੇ ਬੇਸਿਕਲੀ ਇੰਦਰਜੀਤ ਤੁਸੀਂ ਬੇਸਿਕਲੀ ਤੁਹਾਡੀ ਕੁਆਲੀਫਿਕੇਸ਼ਨ ਕੀ ਹੈਗੀ? ਮੇਰੀ ਕੁਆਲੀਫਿਕੇਸ਼ਨ ਬੈਚੁਲਰ ਹੈ, ਬਟ ਮੈਂ ਦੁਬਾਰਾ ਬੈਚੁਲਰ ਕੰਪਲੀਟ ਨਹੀਂ ਸੀ, ਇਸ ਲਈ ਮੈਂ ਦੁਬਾਰਾ ਬੈਚੁਲਰ ਲਈ ਹੀ ਜਾ ਰਹੀ ਹਾਂ। ਤੁਹਾਡੇ ਕੋਲ ਤਾਂ ਤੁਸੀਂ ਅੱਧੀ ਬੈਚੁਲਰ ਕੀਤੀ ਹੋਈ ਸੀ ਇਸ ਕਰਕੇ, ਤੇ ਤੁਹਾਨੂੰ ਕਿਹੜੇ ਕਿਹੜੇ ਤੁਹਾਨੂੰ ਫਸਟ ਈਅਰ ਚ ਐਡਮਿਸ਼ਨ ਮਿਲਿਆ ਹੈਗਾ? ਹਾਂਜੀ, ਫਸਟ ਈਅਰ। ਤੇ ਤੁਹਾਡੇ ਕੋਲ ਆਈਐਲਟੀਐਸ ਵੀ ਹੈਗਾ? ਨੋ ਸਰ। ਤੇ ਆਈਐਲਟੀਐਸ ਨਹੀਂ ਹੈਗਾ, ਮਤਲਬ ਇਹ ਵੀਜ਼ਾ ਬਿਨਾਂ ਆਈਐਲਟੀਐਸ ਤੋਂ ਆਇਆ ਹੈਗਾ, ਪਰ ਬਿਨਾਂ ਆਈਐਲਟੀਐਸ ਤੋਂ ਜ਼ਰੂਰ ਆਇਆ ਹੈਗਾ, ਲੇਕਿਨ ਤੁਹਾਡੀ ਜਿਹੜੀ ਇੰਟਰਵਿਊ ਸੀ ਕਿ ਉਹ ਇੰਗਲਿਸ਼ ਹੋਈ ਸੀ? ਉਹ ਇੰਗਲਿਸ਼ ਹੋਈ ਸੀ। ਤੇ ਅੱਜ ਅਸੀਂ ਗੱਲ ਕਰਦੇ ਹਾਂ ਵੀ ਬੇਸਿਕਲੀ ਜਿਹੜੇ ਬੱਚੇ ਹੈਗੇ ਨੇ, ਵੀ ਪਿੰਡਾਂ ਦੇ ਬੱਚੇ ਹੈਗੇ ਨੇ ਖਾਸ ਕਰ, ਜਿਹੜੇ ਏਜੈਂਟਸ ਕੋਲ ਜਾਂਦੇ ਨੇ, ਐਡ ਆਉਂਦੀ ਹੈ, ਮੈਂ ਖੁਦ ਵੀ ਆਪਣੀ ਐਡ ਦੇ ਅੰਦਰ ਪ੍ਰਮੋਟ ਕਰਦਾ ਵੀ ਸਟੱਡੀ ਇਨ ਯੂਰਪ ਬਿਨਾਂ ਆਈਐਲਟੀਐਸ ਤੋਂ, ਤੁਹਾਨੂੰ ਲੱਗਦਾ ਹੈ ਬਿਨਾਂ ਆਈਐਲਟੀਐਸ ਤਾਂ ਠੀਕ ਹੈ, ਪਰ ਬਿਨਾਂ ਅੰਗਰੇਜ਼ੀ ਬੱਚਾ ਜਾ ਪਾਏਗਾ? ਨਹੀਂ ਸਰ। ਕਿਆ ਉਹ ਬੱਚਾ ਬਿਨਾਂ ਅੰਗਰੇਜ਼ੀ ਆਪਣੀ ਇੰਟਰਵਿਊ ਕਰੈਕ ਕਰ ਪਾਏਗਾ? ਨਹੀਂ ਸਰ। ਕੋਈ ਕਿਸੇ ਕਿਸਮ ਦੀ ਕੋਈ ਪੋਸੀਬਿਲਿਟੀ ਨਹੀਂ ਹੈਗੀ। ਤੇ ਤੁਹਾਡੇ ਜਿਹੜੇ ਫਰੈਂਡਸ ਹੈਗੇ ਨੇ, ਕੋਈ ਸਟੂਡੈਂਟ ਜਾ ਰਿਹਾ ਹੈਗਾ, ਕੋਈ ਲਾਟਰੀ ਜਾ ਰਿਹਾ ਹੈਗਾ, ਤੁਹਾਨੂੰ ਲੱਗਦਾ ਵੀ ਜੇ ਬੱਚੇ ਇੰਗਲਿਸ਼ ਨਾ ਬੋਲ ਸਕੇ ਤੇ ਉਹਨਾਂ ਦੀ ਇੰਟਰਵਿਊ ਕਲੀਅਰ ਹੋ ਜਾਏਗੀ ਉਹਨਾਂ ਕੰਟਰੀਆਂ 'ਚ? ਤੇ ਬੇਸਿਕਲੀ ਫਰੈਂਡਸ, ਮੈਂ ਹਰ ਵਾਰ ਆਪਣੇ ਸ਼ੋਅਜ਼ ਤੇ ਇਹੀ ਗੱਲ ਕਰ ਰਿਹਾ ਕਿ ਬਈ ਦੇਖੋ ਬਿਨਾਂ ਆਈਐਲਟੀਐਸ ਹੈਗਾ ਪਰ ਬਿਨਾਂ ਅੰਗਰੇਜ਼ੀ ਨਹੀਂ ਹੈ। ਤੇ ਸਾਰਿਆਂ ਮੰਚਾਂ ਤੇ ਜੇ ਮੈਂ ਕਿਸੇ ਵੀ ਚੈਨਲ ਤੇ ਕੋਈ ਵੀ ਡਿਸਕਸ਼ਨ ਕਰ ਰਿਹਾ ਹੈਗਾ, ਮੈਂ ਕੋਈ ਵੀ ਰਾਏ ਦੇ ਰਿਹਾ ਹੈਗਾ, ਸੱਚੀ ਰਾਏ ਦੇ ਰਿਹਾ ਹੈਗਾ, ਸਹੀ ਰਾਏ ਦੇ ਰਿਹਾ ਹੈਗਾ, ਉਹਦਾ ਇੱਕ ਰੀਜ਼ਨ ਹੈਗਾ ਕਿਉਂਕਿ ਕਿਤੇ ਨਾ ਕਿਤੇ ਅੱਜ ਜਿੱਦਾਂ ਇੰਦਰਜੀਤ ਨੇ ਕਿਹਾ ਵੀ ਇਹਨਾਂ ਦੇ ਕੋਈ ਕਜ਼ਨ ਸਿਸਟਰ ਸਾਡੇ ਥਰੂ ਗਏ ਸੀਗੇ, ਇਹ ਗੱਲ ਮੈਨੂੰ ਪਤਾ ਨਹੀਂ ਸੀਗੀ, ਇਹਨਾਂ ਨੇ ਹੁਣੇ ਕਹੀ ਹੈਗੀ, ਤੇ ਉਹਨਾਂ ਦੇ ਰੈਫਰੈਂਸ ਤੋਂ ਇਹ ਸਾਡੇ ਕੋਲ ਆਏ ਨੇ, ਇੱਕ ਟਰੱਸਟ ਲੈ ਕੇ ਆਏ ਸੀਗੇ ਵੀ ਕਿ ਮੈਂ ਇਸ ਕੰਪਨੀ ਦੇ ਟਰੱਸਟ ਕਰ ਸਕਦੀ ਹਾਂ, ਜਾ ਸਕਦੀ ਹਾਂ, ਕਿਉਂਕਿ ਇਹਨਾਂ ਨੇ ਮੇਰੇ ਕਿਸੇ ਨੋਨ ਨੂੰ ਬਾਹਰ ਭੇਜਿਆ। ਇਹ ਜਿਹੜਾ ਟਰੱਸਟ ਹੈਗਾ ਇਹ ਬਹੁਤ ਇੰਪੋਰਟੈਂਟ ਹੈ, ਇਸ ਕਰਕੇ ਜਿਹੜੇ ਬੱਚੇ ਇੰਗਲਿਸ਼ ਨਹੀਂ ਬੋਲਦੇ ਹੈਗੇ ਨੇ, ਬਿਲਕੁਲ ਨਹੀਂ ਬੋਲਦੇ ਹੈਗੇ ਨੇ, ਐਵਰੇਜ ਨਹੀਂ ਬੋਲਦੇ ਹੈਗੇ ਨੇ, ਇੰਡੋ ਯੂਰੋਪੀਅਨ ਸ਼ੈਂਗਨ ਕੰਟਰੀਆਂ ਦੇ ਅੰਦਰ ਉਹਨਾਂ ਦੇ ਵੀਜ਼ੇ ਨਹੀਂ ਅਪਲਾਈ ਕਰਦੀ ਹੈ, ਲੇਕਿਨ ਪਾਥਵੇ ਪ੍ਰੋਗਰਾਮ ਦੇ ਥਰੂ ਉਹਨਾਂ ਨੂੰ ਸ਼ੈਂਗਨ ਕੰਟਰੀ 'ਚ ਐਡਮਿਸ਼ਨ ਮਿਲ ਸਕਦਾ ਹੈਗਾ। ਲੇਕਿਨ ਜੇ ਤੁਸੀਂ ਇੰਗਲਿਸ਼ ਬੋਲਦੇ ਹੋ, ਐਵਰੇਜ ਇੰਗਲਿਸ਼ ਬੋਲਦੇ ਹੋ,
ਕਮਿਊਨੀਕੇਟ ਕਰ ਸਕਦੇ ਹੋ, ਡਿਸਕਸ ਕਰ ਸਕਦੇ ਹੋ, ਟਾਕ ਕਰ ਸਕਦੇ ਹੋ, ਲਿਖ ਸਕਦੇ ਹੋ, ਅਤੇ ਅਸੀਂ ਤੁਹਾਨੂੰ ਸ਼ੈਂਗਨ ਕੰਟਰੀਆਂ ਦੇ ਅੰਦਰ ਜ਼ਰੂਰ ਐਡਮਿਸ਼ਨ ਲਗਾ ਕੇ ਦੇ ਸਕਦੇ ਹਾਂ। ਕਿਸੇ ਨਾ ਕਿਸੇ ਕੰਟਰੀ ਦੇ ਅੰਦਰ ਪੋਰਚੁਗਲ, ਲਿਥੂਨੀਆ, ਲਾਟਵੀਆ, ਫਰਾਂਸ, ਜਰਮਨੀ, ਕੋਈ ਨਾ ਕੋਈ ਕੰਟਰੀ ਤੁਹਾਡੇ ਵਾਸਤੇ ਜ਼ਰੂਰ ਬਣੀ ਹੋਈ ਹੈਗੀ। ਲੇਕਿਨ ਜ਼ਰੂਰਤ ਹੈਗੀ ਕਾਉਂਸਲਿੰਗ ਦੀ। ਅਤੇ ਇੰਦਰਜੀਤ, ਮੈਂ ਤੁਹਾਡੇ ਔਫਿਸ 'ਚ ਕੈਫੇ ਵਿਜ਼ਿਟ ਕਰਦਾ ਸੀਗਾ, ਅਤੇ ਅਸੀਂ ਆਪਸ 'ਚ ਗੱਲ ਵੀ ਕੀਤੀ ਸੀ ਕਿ ਤੁਹਾਡੇ ਤੁਹਾਡਾ ਐਡਮਿਸ਼ਨ ਨਹੀਂ ਹੋ ਰਿਹਾ ਸੀਗਾ ਪਹਿਲਾਂ, ਅਤੇ ਤੁਹਾਨੂੰ ਕਦੇ ਲੱਗਿਆ ਕਿ ਵੀ ਮੈਂ ਪੈਸੇ ਦੇ ਕੇ ਫਸ ਗਈ ਹੈਗੀਆਂ, ਜਾਂ ਮੈਨੂੰ ਮੈਨੂੰ ਪਹਿਲਾਂ ਐਡਵਾਂਸ ਮਨੀ ਨਹੀਂ ਦੇਣੀ ਚਾਹੀਦੀ ਸੀ? ਤੁਹਾਨੂੰ ਕਿਸੇ ਕਿਸਮ ਦਾ ਬਿੱਲ ਮਿਲਿਆ ਹੈਗਾ ਰਿਫੰਡੇਬਲ ਦਾ? ਅਤੇ ਜੇ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਵੀ ਤੁਸੀਂ ਲਿਥੂਨੀਆ ਚੂਜ਼ ਕੀਤਾ ਹੈਗਾ, ਹੁਣ ਲਿਥੂਨੀਆ ਕਿਉਂ ਚੂਜ਼ ਕੀਤਾ ਬੇਸਿਕਲੀ ਬਾਹਰ ਜਾਣ ਵਾਸਤੇ? ਲੋਕ ਜਰਮਨੀ ਚੂਜ਼ ਕਰਦੇ ਨੇ, ਡੈਨਮਾਰਕ ਕਰਦੇ ਨੇ, ਬਟ ਤੁਸੀਂ ਲਿਥੂਨੀਆ ਕੀਤਾ ਹੈਗਾ, ਉਹਦਾ ਕੋਈ ਰੀਜ਼ਨ ਹੈਗਾ? ਜੇ ਬੱਚੇ ਨੂੰ ਬਾਹਰ ਪੜ੍ਹਾਉਣਾ ਚਾਹੁੰਦੇ ਹੋ, ਆਪਣੇ ਬੱਚੇ ਨੂੰ ਇੰਜੀਨੀਅਰਿੰਗ ਕਰਾਉਣਾ ਚਾਹੁੰਦੇ ਹੋ, ਬਿਜ਼ਨਸ ਕਰਾਉਣਾ ਚਾਹੁੰਦੇ ਹੋ, ਹੋਸਪਿਟੈਲਿਟੀ ਕਰਾਉਣਾ ਚਾਹੁੰਦੇ ਹੋ, ਯੂਰਪ ਦੀ ਕਾਫੀਆਂ ਕੰਟਰੀਆਂ ਦੇ ਅੰਦਰ ਅਵੇਲੇਬਿਲਟੀ ਹੈਗੀ ਇਸ ਟਾਈਮ ਲੋ ਟਿਊਸ਼ਨ ਫੀ ਦੀ, 1.5-2 ਲੱਖ ਰੁਪਏ ਦੇ ਅੰਦਰ, ਵੱਧ ਤੋਂ ਵੱਧ 2.5 ਲੱਖ ਰੁਪਏ ਦੀ ਫੀਸ ਦੇ ਅੰਦਰ ਬੱਚਾ ਆਪਣੀ ਟਿਊਸ਼ਨ ਫੀ ਪੇ ਕਰਕੇ ਬੱਚਾ ਬਾਹਰ ਜਾ ਸਕਦਾ ਹੈਗਾ, ਆਪਣਾ ਉੱਥੇ ਚੰਗਾ ਜਿਹੜਾ ਹੈਗਾ ਆਪਣਾ ਪੜ੍ਹਾਈ ਕਰ ਸਕਦਾ ਹੈਗਾ। ਅਤੇ ਲਿਵਿੰਗ ਐਕਸਪੈਂਸਿਸ ਜਿਹੜੇ ਹੈਗੇ ਜੀ, ਉਹ 10,000 ਤੋਂ ਲੈ ਕੇ 20,000 ਰੁਪਏ, ਡਿਪੈਂਡ ਕਰਦਾ ਕਿਹੜੀ ਕੰਟਰੀ ਹੈਗੀ। 20,000 ਰੁਪਏ ਮੈਂ ਗੱਲ ਕਰਦਾ ਦਿੱਲੀ ਦੇ ਹਿਸਾਬ ਨਾਲ, ਜੇ ਮੈਚ ਕਰੀਏ ਤਾਂ ਇੰਨੇ ਪੈਸੇ ਦਿੱਲੀ ਵੀ ਅੱਜ ਕੱਲ੍ਹ ਖਰਚ ਹੋ ਰਹੇ ਨੇ, ਅਤੇ ਦਿੱਲੀ ਦੇ ਅੰਦਰ ਟਿਊਸ਼ਨ ਫੀ ਜਿਹੜੀ ਹੈਗੀ ਉਹ 2.5 ਲੱਖ ਦੀ ਟਿਊਸ਼ਨ ਵੀ ਚੱਲ ਰਹੀ ਹੈਗੀ ਕਾਲਜਾਂ ਦੇ ਅੰਦਰ, ਯੂਨੀਵਰਸਿਟੀ ਦੇ ਅੰਦਰ। ਅਤੇ ਕਿਤੇ ਨਾ ਕਿਤੇ ਬੱਚੇ ਨੂੰ ਜਿਹੜਾ ਐਕਸਪੋਜਰ ਮਿਲੇਗਾ ਉਹ ਬਹੁਤ ਹੀ ਡਿਫਰੈਂਟ ਮਿਲੇਗਾ। ਇਸ ਕਰਕੇ ਜਿਹੜੇ ਬੱਚੇ ਬੇਸਿਕਲੀ ਬਾਹਰ ਜਾਣ ਵਾਸਤੇ ਸੋਚ ਰਹੇ ਹੈਗੇ ਨੇ, ਅਤੇ ਉਹਨਾਂ ਬੱਚਿਆਂ ਵਾਸਤੇ ਕੋਈ ਮੈਸੇਜ ਦੇਣਾ ਚਾਹੋਗੇ ਜੀ, ਕੋਈ ਤੁਹਾਡਾ ਐਕਸਪੀਰੀਅੰਸ, ਤੁਸੀਂ ਕੁਛ ਆਪਣਾ ਸੈਲਫ ਐਕਸਪੀਰੀਅੰਸ 5 ਮਹੀਨੇ ਡਿਊ ਨਾਲ ਲਾਏ ਨੇ, ਤੁਹਾਡਾ ਕੋਈ ਮੈਸੇਜ ਹੈਗਾ ਉਹਨਾਂ ਬੱਚਿਆਂ ਵਾਸਤੇ ਜਿਹੜੇ ਜਨਵਰੀ ਇਨਟੇਕ ਨੂੰ ਦੇਖ ਰਹੇ ਨੇ? ਹਾਂਜੀ ਸਰ, ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਹੜੇ ਵੀ ਬੱਚੇ ਆ ਕਿ ਇੱਥੇ ਇੰਡੋ ਯੂਰੋਪੀਅਨ ਦੇ ਕੰਪਨੀ ਵੱਲੋਂ ਹੀ ਅਪਲਾਈ ਕਰਨ, ਪਹਿਲਾਂ ਤਾਂ ਕੀ ਇਹ ਪਹਿਲਾਂ ਕੋਈ ਪੈਸਾ ਨਹੀਂ ਲੈਂਦੇ ਅਤੇ 50,000 ਹੀ ਲੈਂਦੇ ਨੇ, ਉਸਦੇ ਵਿੱਚ ਸਾਰਾ ਵੀਜ਼ਾ ਆਉਂਦਾ ਹੈ, ਕਲਾਸਿਸ ਦਿੱਤੀਆਂ ਜਾਂਦੀਆਂ ਨੇ, ਅਤੇ ਇਸ ਲਈ ਠੀਕ ਹੈ। ਥੈਂਕ ਯੂ ਡੀਅਰ। ਅਤੇ ਬੇਸਿਕਲੀ ਫਰੈਂਡਸ, ਥੈਂਕ ਯੂ ਫੋਰ ਵਾਚਿੰਗ ਇੰਡੋ ਯੂਰਪੀਅਨ ਯੂਟਿਊਬ ਚੈਨਲ। ਅਸੀਂ ਹੋਰ ਵੀ ਇਸ ਕਿਸਮ ਦੇ ਫੀਡਬੈਕ ਜਿਹੜੇ ਹੈਗੇ ਬੱਚਿਆਂ ਦੇ ਰੋਜ਼ ਸ਼ੇਅਰ ਕਰਾਂਗੇ ਤੁਹਾਡੇ ਨਾਲ, ਅਤੇ ਸਾਡੇ ਫੇਸਬੁੱਕ ਪੇਜ ਅਤੇ ਯੂਟਿਊਬ ਪੇਜ ਨੂੰ ਲਾਈਕ ਕਰੋ, ਉਹਦੇ ਅੰਦਰ ਤੁਸੀਂ ਕਾਫੀ ਸਟੂਡੈਂਟ ਦੇ, ਸਾਰੇ ਸਟੂਡੈਂਟ ਦੇ, ਪੰਜਾਬ ਦੇ ਜਿੰਨੇ ਵੀ ਸਟੂਡੈਂਟ ਹੈਗੇ ਨੇ ਉਹਨਾਂ ਦੇ ਇੰਡੀਵਿਜੁਅਲ ਜਿਹੜੇ ਨੰਬਰਸ ਹੈਗੇ ਨੇ, ਉਹਨਾਂ ਦੇ ਇੰਡੀਵਿਜੁਅਲ ਜਿਹੜੇ ਐਕਸਪੀਰੀਅੰਸਿਸ ਹੈਗੇ ਨੇ ਉਹ ਸ਼ੇਅਰ ਅਸੀਂ ਕਰਾਂਗੇ। ਸੋ ਯਾਨੀ ਕਿ ਜਾਣ ਜਾਂਦੇ ਮੈਸੇਜ ਕੀ ਦੇਣਾ ਚਾਹੁੰਦੇ ਜਿਹੜੇ ਬਾਕੀ ਦੇ ਸਟੂਡੈਂਟ ਫਿਲਹਾਲ ਸਾਡੇ ਇਸ ਸ਼ੋਅ ਨੂੰ ਵੇਖ ਰਹੇ ਨੇ ਜੀ? ਮੇਰਾ ਸਟੂਡੈਂਟ ਅਤੇ ਉਹਨਾਂ ਦੇ ਪੇਰੈਂਟਸ ਨਾਲ ਇੱਕੋ ਬੇਨਤੀ ਹੈਗੀ ਜੀ, ਜੇ ਤੁਸੀਂ ਤੁਹਾਡਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋਇਆ ਹੈਗਾ, 6 ਬੈਂਡ ਕਰਕੇ ਵੀਜ਼ੇ ਘੱਟ ਮਿਲੇ ਹੈਗੇ ਨੇ, ਜਾਂ ਨਿਊਜ਼ੀਲੈਂਡ, ਆਸਟ੍ਰੇਲੀਆ, ਜਾਂ ਫਿਰ ਯੂਰਪ ਦੇਖ ਰਹੇ ਹੋ ਜਾਣ ਵਾਸਤੇ, ਸਾਡੇ ਕੋਲ ਕਾਫੀ ਆਪਸ਼ਨਸ ਹੈਗੇ ਨੇ। ਇੰਡੋ ਯੂਰਪੀਅਨ ਜਿਹੜੀ ਹੈਗੀ ਕੰਪਨੀ ਸਿਰਫ ਯੂਰਪੀਅਨ ਕੰਟਰੀਜ਼ ਨੂੰ ਡੀਲ ਕਰਦੀ ਹੈਗੀ, ਪਲੱਸ ਸਾਰੇ ਪੰਜਾਬ ਦੇ ਅੰਦਰ ਜਿੰਨੇ ਵੀ ਸਾਡੇ ਆਫਿਸ ਹੈਗੇ ਨੇ, ਸਾਡੇ ਕੰਪਨੀ ਦੇ ਆਪਣੇ ਆਫਿਸ ਹੈਗੇ ਨੇ, ਤੁਸੀਂ ਮੇਰੀ ਨੂੰ ਆਪਣਾ ਪਰਸਨਲ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ, ਮੈਨੂੰ ਆ ਕੇ ਪਰਸਨਲੀ ਮਿਲ ਸਕਦੇ ਹੋ। ਅਤੇ ਜ਼ਰੂਰਤ ਹੈਗੀ ਚੰਗੀ ਪ੍ਰੋਫਾਈਲ ਸ਼ਾਰਟਲਿਸਟਿੰਗ ਦੀ, ਅਤੇ ਸਹੀ ਜਗ੍ਹਾ ਅਪਲਾਈ ਕਰਾਉਣ ਦੀ। ਉਸ ਕਰਕੇ ਅੰਮ੍ਰਿਤਸਰ, ਲੁਧਿਆਣਾ, ਚੰਡੀਗੜ੍ਹ, ਬਠਿੰਡਾ ਅਤੇ 1 ਅਕਤੂਬਰ ਤੋਂ ਪਟਿਆਲੇ ਆਫਿਸ 'ਚ ਆ ਕੇ ਮੈਨੂੰ ਪਰਸਨਲੀ ਮਿਲ ਕੇ ਆਪਣਾ ਪ੍ਰੋਫਾਈਲ ਡਿਸਕਸ ਕਰੋ, ਅਤੇ ਜਨਵਰੀ ਇਨਟੇਕ ਵਾਸਤੇ ਜਲਦੀ ਕਰੋ। ਅਤੇ ਸਪਾਊਸ ਵੀਜ਼ਾ ਵਾਸਤੇ ਸਪੈਸ਼ਲੀ ਡੈਨਮਾਰਕ ਅਤੇ ਸਵੀਡਨ ਦੇ ਐਡਮਿਸ਼ਨ ਹੋਰ 15 ਦਿਨ ਵਾਸਤੇ ਖੁੱਲ੍ਹੇ ਹੋਏ ਨੇ, ਉਹਨਾਂ ਨੂੰ ਅਪਲਾਈ ਕਰੋ, ਅਤੇ ਇਹਦੀ ਇਸ ਆਪਸ਼ਨ ਦਾ ਪੂਰਾ ਪੂਰਾ ਫਾਇਦਾ ਉਠਾਓ। ਜੀ ਬਿਲਕੁਲ, ਯਾਨੀ ਕਿ ਆਇਲਸ ਕੀਤੀ ਹੈ ਜੀ, ਚਾਹੇ ਨਹੀਂ ਵੀ ਕੀਤੀ ਹੋਈ, ਸਪਾਊਸ ਕਿਸ ਨਾਲ ਜਾਣਾ ਚਾਹੁੰਦੇ ਜਾਂ ਫਿਰ ਇਕੱਲੇ ਜਾਣਾ ਚਾਹੁੰਦੇ, ਯੂਰਪ ਦੇ ਕਾਫੀ ਜ਼ਿਆਦਾ ਇੱਥੇ ਪਾਰਟਸ ਹੈਗੇ ਨੇ ਜੀ ਸਾਡੇ ਵਾਸਤੇ, ਆਪਸ਼ਨਸ ਹੈਗੀਆਂ ਨੇ ਜਿਨ੍ਹਾਂ ਨੂੰ ਜਾਣ ਲੈਣਾ, ਸਮਝ ਲੈਣਾ ਜ਼ਰੂਰੀ ਹੈ, ਉਸ ਤੋਂ ਬਾਅਦ ਅਸੀਂ ਅਪਲਾਈ ਕਰੀਏ, ਕਿਉਂਕਿ ਜਨਵਰੀ ਇਨਟੇਕ ਸਾਡੇ ਕੋਲ ਫਿਲਹਾਲ ਹੈਗਾ ਜੀ ਯੂਰਪ ਦੇ ਵਾਸਤੇ। ਸੋ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸ਼ੁਕਰੀਆ ਦੀਪਿੰਦਰ ਸਰ ਕਿ ਟਾਈਮ ਕੱਢੇ ਜੀ ਸਟੂਡੈਂਟਸ ਵਾਸਤੇ, ਥੈਂਕ ਯੂ ਸੋ ਮੱਚ। ਧੰਨਵਾਦ ਸਰ, ਦਰਸ਼ਕੋ ਦਾ। ਅਤੇ ਇਸ ਦੇ ਨਾਲ ਹੀ ਜੀ ਹੁਣ ਮੈਨੂੰ ਵੀ ਦਿਓ ਇਜਾਜ਼ਤ, ਆਪਣਾ ਖਿਆਲ ਰੱਖੋ, ਅਗਲੀ ਵਾਰ ਮੁਲਾਕਾਤ ਕਰਦੇ ਹਾਂ, ਵੇਖਦੇ ਰਹੋ, ਚੱਲੀਏ ਯੂਰਪ ਸਿਰਫ ਅਤੇ ਸਿਰਫ ਇਸੇ ਚੈਨਲ ਦੇ ਉੱਤੇ ਜੀ, ਇਸੇ ਜਗ੍ਹਾ 'ਤੇ ਇੱਕ ਵਾਰ ਫਿਰ ਤੋਂ ਹਾਜ਼ਰ ਹੋਵਾਂਗੇ, ਇਸੇ ਟਾਈਮ ਆਪਣਾ ਖਿਆਲ ਰੱਖੋ, ਸਤਿ ਸ਼੍ਰੀ ਅਕਾਲ। ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ। ਟੀਵੀ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਸਟੱਡੀ ਵੀਜ਼ਾ ਐਕਸਪਰਟ ਹੋ, ਜੇ ਤੁਸੀਂ ਵੀ ਸਾਡੇ ਟੀਵੀ ਚੈਨਲ ਦੇ ਰਾਹੀਂ
ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰੋ, 9914400369। ਧੰਨਵਾਦ।